ਸਭ ਤੋਂ ਵੱਡਾ ਮੁੱਦਾ ਤਾਂ ਇਹੀ ਹੈ ਵੀ ਜਿਹੜਾ ਸਰਕਾਰ ਮਹਿਲਾਵਾਂ ਦੀ ਬੇਅਦਬੀ ਕਰੀ ਜਾਂਦੇ ਹੈ ਉਹਨਾਂ ਨੂੰ ਕਾਹਦੇ ਵਾਸਤੇ ਵੋਟ ਪਾਉਣੀ ਹੈ? ਬੀਬਾ ਬੀਬੀ ਹਰਸਿਮਰਤ ਤੋਂ ਉੱਥੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ। ਜਿੱਥੇ ਕਿ ਇਸ ਟਾਈਮ ਦੇ ਉੱਤੇ ਹੋਟ ਸੀਟ ਮੰਨਿਆ ਜਾ ਰਿਹਾ ਬਠਿੰਡੇ ਨੂੰ, ਜੇ ਗੁਰਦਾਸਪੁਰ ਹਲਕੇ ਦੇ ਵਿੱਚ ਸੰਨੀ ਦਿਓਲ ਦਾ ਮੁਕਾਬਲਾ ਸੁਨੀਲ ਜਾਖੜ ਦਾ ਹੈਗਾ ਵਾ ਤੇ ਇੱਥੇ ਵੀ ਬਹੁਤ ਵੱਡਾ ਮੁਕਾਬਲਾ ਹੋਣ ਜਾ ਰਿਹਾ ਹੈਗਾ ਵਾ ਦਿੱਲੀ ਦੀ ਦਾਅਵੇਦਾਰੀ ਵਾਸਤੇ। ਦਿੱਲੀ ਵੱਲ ਨੂੰ ਕੂਚ ਕਰਨਾ ਵਾ, ਕਿਹੜਾ ਜਾਂਦਾ ਹੈਗਾ, ਬੀਬਾ ਹਰਸਿਮਰਤ ਕੌਰ ਬਾਦਲ ਜਾਂ ਰਾਜਾ ਵੜਿੰਗ, ਸੁਖਪਾਲ ਸਿੰਘ ਖਹਿਰਾ ਜਾਂ ਬੀਬੀ ਬਲਜਿੰਦਰ ਕੌਰ? ਚਾਰ ਵੱਡੇ ਦਾਅਵੇਦਾਰ ਇਸ ਟਾਈਮ ਦੇ ਉੱਤੇ ਹੈਗੇ ਆ, ਇਸ ਟਾਈਮ ਜਿਹੜੇ ਖੜ੍ਹੇ ਹੈਗੇ ਆ। ਇੱਥੋਂ ਕਾਂਗਰਸ ਵੱਲੋਂ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ, ਕਾਂਗਰਸ ਪਾਰਟੀ ਦੇ ਵਰਕਰ ਪਿੱਛੇ ਵੇਖ ਸਕਦੇ ਹੈਗੇ ਆ, ਝੰਡੀਆਂ ਦੇ ਨਾਲ ਡੋਰ ਟੂ ਡੋਰ ਕੰਪੇਨ ਕਰ ਰਹੇ ਆ। ਕੰਪੇਨ ਵਾਸਤੇ ਬਿਲਕੁਲ ਤਿਆਰੀ ਹੋ ਚੁੱਕੀ ਆ, ਮਨਪ੍ਰੀਤ ਬਾਦਲ ਇੱਥੇ ਪਹੁੰਚ ਚੁੱਕੇ ਆ, ਰਾਜਾ ਵੜਿੰਗ ਦੇ ਧਰਮ ਸੁਪਤਨੀ ਜਿਹੜੇ ਕਿ ਅਮਰਤਾ ਵੜਿੰਗ, ਜਿਨ੍ਹਾਂ ਦਾ ਪ੍ਰਚਾਰ ਲਗਭਗ ਬਠਿੰਡੇ ਦੇ ਲੋਕ ਲੋਹਾ ਮੰਨ ਰਹੇ ਹੈਗੇ ਆ ਪ੍ਰਚਾਰ ਨੂੰ ਉਹਨਾਂ ਦੇ। ਜੇ ਗੱਲ ਕਰੀਏ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਉਲਟ, ਜੇ ਰਾਜੇ ਵੜਿੰਗ ਦੀ ਪਤਨੀ ਬਹੁਤ ਵੱਡੇ ਪੱਧਰ 'ਤੇ ਪ੍ਰਚਾਰ ਕਰ ਰਹੇ ਆ ਆਪਣੇ ਪਤੀ ਵਾਸਤੇ, ਸੀਟ ਕੌਣ ਜਿੱਤਦਾ ਹੈਗਾ ਵਾ ਇਹ ਤਾਂ ਆਉਣਾ ਸਮਾਂ ਹੀ ਦੱਸੂਗਾ। ਪਰ ਇਸ ਟਾਈਮ 'ਤੇ ਪ੍ਰਚਾਰ ਦੇ ਵਿੱਚ ਜਿਵੇਂ ਪਰਿਵਾਰ ਵੀ ਕੁੱਦ ਚੁੱਕਾ ਵਾ ਹਰ ਉਮੀਦਵਾਰ ਦਾ, ਉਹ ਭਾਵੇਂ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਜਾਂ ਉਹ ਰਾਜਾ ਵੜਿੰਗ ਦੀ ਗੱਲ ਕਰੀਏ, ਰਾਜੇ ਵੜਿੰਗ ਦਾ ਪੂਰਾ ਪਰਿਵਾਰ ਇੱਥੇ ਹੈਗਾ ਵਾ, ਸੁਖਪਾਲ ਸਿੰਘ ਖਹਿਰਾ ਦਾ ਪੂਰਾ ਪਰਿਵਾਰ ਇੱਥੇ ਪਹੁੰਚਿਆ ਹੈਗਾ ਵਾ, ਆਪਣੇ ਆਪਣੇ ਪਰਿਵਾਰ ਦੇ ਉਮੀਦਵਾਰ ਨੂੰ ਜਿਤਾਉਣ ਵਾਸਤੇ ਦਾਅਵੇਦਾਰੀਆਂ ਕੀਤੀਆਂ ਜਾ ਰਹੀਆਂ ਹੈਗੀਆਂ ਵਾ। ਦੇਖ ਸਕਦੇ ਹਾਂ ਇਸ ਟਾਈਮ ਦੇ ਉੱਤੇ ਕਾਂਗਰਸ ਪਾਰਟੀ ਦੇ ਵਰਕਰ ਇੱਥੋਂ ਚਾਲੇ ਪਾਉਣ ਲੱਗੇ ਡੋਰ ਟੂ ਡੋਰ ਕੰਪੇਨ ਕਰਨ ਵਾਸਤੇ। ਕਾਂਗਰਸ ਪਾਰਟੀ ਦੇ ਵਰਕਰ ਸਾਹਿਬਾਨ ਸਾਡੇ ਨਾਲ ਹੈਗੇ ਆ, ਮਨਪ੍ਰੀਤ ਸਿੰਘ ਬਾਦਲ ਇੱਥੇ ਆਏ ਸੀ। ਮਨਪ੍ਰੀਤ ਸਿੰਘ ਬਾਦਲ ਨੇ ਮੀਡੀਆ 'ਤੇ ਆਉਣ ਤੋਂ ਇਨਕਾਰ ਕਰ ਦਿੱਤਾ ਹੈਗਾ ਵਾ ਇਸ ਟਾਈਮ ਦੇ ਉੱਤੇ ਪ੍ਰਚਾਰ ਸਿਖਰਾਂ 'ਤੇ ਆ। ਮਨਪ੍ਰੀਤ ਬਾਦਲ ਮੀਡੀਆ 'ਤੇ ਬੋਲਣਾ ਨਹੀਂ ਚਾਹੁੰਦੇ, ਸ਼ਾਇਦ ਜਿੱਤ ਦਾ ਬਹੁਤ ਵੱਡਾ ਦਾਅਵਾ ਕਰ ਰਹੇ ਹੈਗੇ ਕਿਉਂਕਿ ਇੱਜ਼ਤ ਦਾ ਸਵਾਲ ਬਣ ਚੁੱਕਾ ਹੈਗਾ ਵਾ ਬਠਿੰਡੇ ਵਾਲੀ ਸੀਟ ਤੋਂ। ਮਨਪ੍ਰੀਤ ਬਾਦਲ ਨੇ ਬੇਸ਼ੱਕ ਨਾਂਹ ਕਰ ਦਿੱਤੀ ਹੈਗੀ ਆ ਮੀਡੀਆ ਸਾਹਮਣੇ ਆਉਣ ਤੋਂ, ਪ੍ਰਚਾਰ ਕਰਨ ਵਾਸਤੇ ਨਾਲ ਚਲੇ ਹੈਗੇ ਆ ਸਾਡੇ ਨਾਲ ਇੱਥੋਂ ਦੇ ਲੋਕਲ ਵਰਕਰ ਸਾਹਿਬਾਨ। ਕੀ ਸ਼ੁਭ ਨਾਮ ਵੀਰ ਜੀ? ਵਿਨੋਦ ਸੈਣੀ। ਕੀ ਲੱਗਦਾ ਤੁਹਾਨੂੰ ਬਠਿੰਡੇ ਤੋਂ ਕੌਣ ਬਾਜੀ ਮਾਰੂ? ਰਾਜਾ ਵੜਿੰਗ ਜੀ ਪੂਰੇ ਜੋਸ਼ ਸ਼ੋਰ ਨਾਲ ਲੱਗਿਆ ਤੇ ਰਾਜਾ ਵੜਿੰਗ ਦੀ ਹੀ ਬਾਜੀ, 110% ਰਾਜਾ ਵੜਿੰਗ ਹੀ ਜਿੱਤਣਗੇ। ਵਿਰੋਧੀ ਪਾਰਟੀ ਕਹਿ ਰਹੀ ਹੈਗੀ ਕਿ ਰਾਜਾ ਵੜਿੰਗ ਬਾਹਰੀ ਉਮੀਦਵਾਰ, ਉਹਦਾ ਹੱਥ ਆਉਂਦੀ ਵਿਰੋਧੀ ਪਾਰਟੀਆਂ ਨੂੰ ਬੋਲਣ ਦੀ, ਬੋਲੀ ਜਾਂਦੇ ਨੇ ਉਹਨਾਂ ਦੀ ਸੋਚ ਹੈ ਜੀ। 2.5 ਸਾਲ ਦਾ ਕਾਰਜਭਾਰ ਤੁਸੀਂ ਵੇਖਿਆ ਹੈਗਾ ਵਾ, ਰਾਜਾ ਵੜਿੰਗ ਦਾ ਵੀ ਵੇਖਿਆ ਹੈਗਾ ਵਾ, ਅਕਾਲੀ ਦਲ ਵੀ 10 ਸਾਲ ਦਾ ਕਾਰਜਭਾਰ ਵੇਖਿਆ, ਕੀ ਲੱਗਦਾ ਤੁਹਾਨੂੰ ਜੋ ਵਾਅਦੇ ਕੀਤੇ ਗਏ ਸੀ ਕਾਂਗਰਸ ਪਾਰਟੀ ਵਫਾ ਕੀਤੇ ਆ? ਸਾਰੇ ਹੀ ਵਫਾ ਕੀਤੇ ਜੀ, ਸਾਰਿਆਂ ਨੂੰ ਨੌਕਰੀਆਂ ਮਿਲੀਆਂ, ਰੋਜ਼ਗਾਰ ਮੇਲੇ ਲੱਗੇ ਆ ਜੀ, ਸਾਰਾ ਕੁਝ ਮੇਲਿਆਂ ਦੇ ਵਿੱਚ ਕੀ ਮਿਲਿਆ? ਲੋਕਾਂ ਨੂੰ ਨੌਕਰੀਆਂ ਮਿਲੀਆਂ, ਜੌਬਸ ਮਿਲੀਆਂ, ਬੱਚੇ ਜੋ ਪੜ੍ਹੇ ਲਿਖੇ ਜਿੰਨੀ ਜਿਹਦੀ ਯੋਗਤਾ ਸੀ ਉਹਨੇ ਜੋ ਨੌਕਰੀਆਂ ਮਿਲ ਰਹੀਆਂ ਸਾਰੇ ਬੱਚਿਆਂ ਨੂੰ। ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਇਹ ਸਫਲ ਹੈਗਾ ਤੁਸੀਂ ਕੀ ਮੰਨਦੇ ਆ ਘਰ ਘਰ ਨੌਕਰੀ? ਸਰ ਘਰ ਘਰ ਨੌਕਰੀ ਹੁਣ ਸਰਕਾਰ ਹਰੇਕ ਦੇ ਘਰੇ ਤਾਂ ਜਾ ਨਹੀਂ ਸਕਦੀ, ਲੇਕਿਨ ਥਾਂ ਥਾਂ ਰੋਜ਼ਗਾਰ ਮੇਲੇ ਸ਼ਹਿਰ 'ਚ ਲੱਗ ਰਹੇ ਨੇ। ਸਰ ਮੇਲੇ ਰਹਿ ਗਏ ਨਾ, ਉਹ ਤਾਂ ਮੇਲੇ ਰਹਿ ਗਏ ਸਰ, ਲੱਗ ਰਹੇ ਨੇ, ਇਹ ਤੁਹਾਡੀ ਸੋਚ ਆ। ਜਿਹਨਾਂ ਨੂੰ ਨੌਕਰੀਆਂ ਮਿਲੀਆਂ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਕਿ ਜਿਹਨਾਂ ਘਰੇ ਕੁਝ ਖਾਣ ਨੂੰ ਨਹੀਂ ਸੀ ਉਹਨਾਂ ਨੂੰ 15-15 ਹਜ਼ਾਰ ਦੀਆਂ ਨੌਕਰੀਆਂ ਮਿਲ ਗਈਆਂ, ਹੋਰ ਉਹ ਕੀ ਚਾਹੁੰਦੇ ਆ ਜੀ? ਇੱਕ ਵੱਡਾ ਵਾਅਦਾ ਕੀਤਾ ਕਿ ਅਸੀਂ ਨੌਜਵਾਨ ਨਸ਼ਾ ਛਡਾਉਣ ਦਾ, ਨਸ਼ਾ ਛਡਾਉਣ ਦੀ ਕਿਵੇਂ ਲੱਗਦਾ ਕਿ ਨਸ਼ਾ ਪੰਜਾਬ 'ਚੋਂ ਮੁਕਤ ਹੋ ਚੁੱਕਾ, ਨਸ਼ਾ ਮੁਕਤ ਪੰਜਾਬ? ਸਰ ਪਹਿਲਾਂ ਬਠਿੰਡੇ ਅਕਾਲੀ ਸਰਕਾਰ ਵੇਲੇ ਹਰ ਘਰ ਨਸ਼ਾ ਸੀਗਾ, ਲੇਕਿਨ ਹੁਣ ਨਸ਼ੇ ਦੇ ਬਹੁਤ ਜ਼ਿਆਦਾ ਲਗਾਮ ਲੱਭ ਚੁੱਕੀ ਆ ਕਿ ਜ਼ਿਲ੍ਹਾ ਨਸ਼ਾ ਨਹੀਂ ਹੋਇਆ ਜੀ, ਖਤਮ ਤਾਂ ਸਰ ਦੇਖੋ ਐਡੀ ਵੱਡੀ 10 ਸਾਲ ਉਹਨਾਂ ਨੇ ਵਪਾਰ ਚਲਾਇਆ, ਵਪਾਰ ਨੂੰ ਖਤਮ ਕਰਦੇ ਸਰ ਟਾਈਮ ਤਾਂ ਲੱਗਦਾ ਹੀ ਆ। ਕਿੰਨਾ ਸਮਾਂ ਹੋਰ ਚਾਹੀਦਾ ਇਹ ਵਪਾਰ ਨੂੰ ਖਤਮ ਕਰਨਾ, ਤੁਸੀਂ ਕੀ ਲੱਗਦਾ? ਇਹ ਸਰ ਸਰਕਾਰਾਂ ਦੇ ਫੈਸਲੇ, ਸਰਕਾਰਾਂ ਹੀ ਦੱਸ ਸਕਦੀਆਂ ਇਹਦੇ ਬਾਰੇ। ਮੈਂ ਵੀ ਆਈਡੀਆ, ਆਪਾਂ ਜਦੋਂ ਲੋਕ ਫਤਵਾ ਹੁੰਦਾ ਵਾ, ਲੋਕ ਫਤਵੇ ਨਾਲ ਸਰਕਾਰਾਂ ਬਣਦੀਆਂ, ਲੋਕ ਫਤਵੇ ਨਾਲ ਸਰਕਾਰਾਂ ਬਣਦੀਆਂ ਤੇ ਲੋਕ ਫਤਵਾ ਹੀ ਅੱਗੇ ਆਉਂਦਾ ਵਾ। ਕੀ ਲੱਗਦਾ ਤੁਹਾਨੂੰ ਨਸ਼ਾ ਖਤਮ ਕਰਨ ਵਾਸਤੇ ਕਿੰਨਾ ਕੁ ਟਾਈਮ ਚਾਹੀਦਾ ਸਰਕਾਰ ਨੂੰ? ਸਰ ਨਸ਼ਾ ਖਤਮ ਕਰਨ ਲਈ ਘੱਟੋ ਘੱਟ 3 ਸਾਲ ਹੋਰ ਚਾਹੀਦੇ ਨੇ। 3 ਸਾਲ? ਪਰ 2.5 ਸਾਲ ਹੀ ਰਹਿ ਚੁੱਕੇ, ਹੋਰ ਤੇ 3 ਸਾਲ ਫਿਰ ਮੁਸ਼ਕਲ ਹੋ ਜੂ। ਸਰ ਦੁਬਾਰਾ ਕਾਂਗਰਸ ਗੌਰਮੈਂਟ ਨਹੀਂ ਆਣਾ, ਹੋਰ ਕੋਈ ਗੌਰਮੈਂਟ ਨਹੀਂ ਆਏਗੀ ਪੰਜਾਬ? 5 ਸਾਲ ਬਾਅਦ ਮੰਨਦੇ ਆ ਫਿਰ ਕਾਂਗਰਸ ਆਊਗੀ? ਹਾਂਜੀ, ਬਾਦਲ ਆ ਗਿਆ ਤੇ ਫਿਰ ਨਸ਼ਾ ਮੁਕਤ ਨਹੀਂ ਹੋਊਗਾ? ਨਹੀਂ ਹੋਏਗਾ ਜੀ, ਤੇ ਫਿਰ ਗਲਤੀ ਹੋ ਰਹੀ। 5 ਸਾਲ ਇਹ ਚੱਲ ਗਏ, 10 ਸਾਲ ਅਸੀਂ ਪਿਛਲੇ ਵੇਖ ਲਏ, 5 ਸਾਲ ਫਿਰ ਅਸੀਂ ਦੂਜੇ ਨੂੰ ਲੈਣ ਦਾ। ਜਾਗਰੂਕ ਹੋਣਾ ਪਊਗਾ ਜੀ, ਖੁਦ ਇਹ 'ਚ ਸਰਕਾਰਾਂ ਨਾਲੋਂ ਵੱਧ ਜਿਹੜੇ ਆਮ ਪਬਲਿਕ ਆ ਇਹਨਾਂ ਨੂੰ ਜਾਗਰੂਕ ਹੋਣਾ ਪਊਗਾ, ਜੋ ਪਿੰਡ ਪਿੰਡ ਵਾਲਿਆਂ ਨੂੰ ਸਪਲਾਈ ਬੰਦ ਕਰਵਾਉਣੀ ਪਊਗੀ। ਨਸ਼ਾ ਕਸਤੋਂ ਖਤਮ ਹੀ ਹੈ, ਨਸ਼ਾ ਦੀ ਜਿਹੜੀ ਹੁਣ ਅੱਜ ਕੱਲ੍ਹ ਰੇਟ ਹੈ, ਪਹਿਲਾਂ ਆਮ ਮਿਲ ਜਾਂਦਾ ਸੀ, ਮਿਲਦਾ ਨਹੀਂਗਾ, ਭੁੱਖੀ ਨਹੀਂ ਮਿਲਦੀ, ਇਹਦਾ ਮਤਲਬ ਜੇ ਖਤਮ ਹੈ ਤਾਂ ਹੀ ਨਹੀਂ ਮਿਲਦਾ, ਸਪਲਾਈ ਬੰਦ ਹੈ ਬਿਲਕੁਲ। ਪਰ ਫਿਰ ਵੀ ਜਿਹੜੇ ਕੁਛ ਲੋਕ ਪੱਕੇ ਲੱਗੇ ਆ ਪਿਛਲੀ ਸਰਕਾਰ ਦੇ ਲਾਏ ਆ, ਉਹ ਆਪਦੀ ਮਤਲਬ ਜਾਨ ਬਚਾਉਣ ਦੀ ਖਾਤਰ ਥੋੜ੍ਹਾ ਬਹੁਤ ਵਰਤਦੇ ਆ। ਬਦਲ ਕਹਿੰਦੇ ਆ ਚੁੱਕਾ ਵਾ, ਹੋਰ ਡਰੱਗ ਜ਼ਰੂਰ ਮਿਲਣ ਡਿਆ ਪਈ ਆ, ਪਰ ਨਸ਼ਾ ਬੰਦ ਨਹੀਂ ਹੋਇਆ। ਦੇਖੋ ਉਹ ਤਾਂ ਅਸੀਂ ਸੁਣੇ ਨਹੀਂ ਗਏ, ਕੋਈ ਨਸ਼ਾ ਨਹੀਂ ਹੁਣ ਆ ਰਿਹਾ ਪਿੱਛੋਂ, ਬਿਲਕੁਲ ਬੰਦ ਹੈ। ਪਰ ਫਿਰ ਵੀ ਜਿਹੜੇ ਲੋਕ ਪੱਕੇ ਲੱਗੇ ਆ ਉਹਨਾਂ ਨੇ ਕਿਵੇਂ ਨਾ ਕਿਵੇਂ ਟਾਈਮ ਤਾਂ ਪਾਸ ਕਰਨਾ ਹੀ ਹੈ। 15 ਲੱਖ ਦਾ ਵਾਅਦਾ ਕੀਤਾ ਸੀ ਮੋਦੀ ਨੇ,
72,000 ਦਾ ਵਾਅਦਾ ਕਰ ਰਹੇ ਹੈਗੇ ਆ ਰਾਹੁਲ ਗਾਂਧੀ, ਤੁਹਾਨੂੰ ਕੀ ਲੱਗਦਾ? ਸਰ 72,000 ਰੁਪਏ ਦਾ ਆਪਾਂ ਮੰਨ ਸਕਦੇ ਹਾਂ ਕਿ 72,000 ਦੇ ਕੰਮ ਬੰਦਾ ਵੀ ਦੇ ਸਕਦਾ ਕਿਸੇ ਨੂੰ, ਜੇ ਕੋਈ ਧਾਰਾ ਮੰਗਣ ਵੀ ਆ ਜਾਵੇ, ਲੇਕਿਨ 15 ਲੱਖ ਵਾਲੀ ਗੱਲ ਧਾਰਾ ਨਹੀਂ ਹੋਣਾ ਤਾਂ ਆਪਾਂ ਦੇ ਦੇ, ਚਲੋ ਦੇ ਹੀ ਦੇਣਾ, ਸਰਕਾਰ ਦੇਊਗੀ, ਲੇਕਿਨ 15 ਲੱਖ ਤੱਕ ਬਹੁਤ ਵੱਡੀ ਅਮਾਊਂਟ ਹੈ ਨਾ ਜੀ, ਇਹ ਕੰਮ ਬੰਦੇ ਦੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ 15 ਲੱਖ ਹੁੰਦੀ ਹੈ, ਲੇਕਿਨ 72,000 15 ਲੱਖ ਪਹਿਲਾਂ ਵੀ ਕੀਤਾ ਸੀ ਉਹਨਾਂ ਨੇ, ਦਿੱਤਾ ਨਹੀਂ, ਸਿਰਫ ਉਹ ਜੁਮਲਾ ਹੈ ਉਹਨਾਂ ਦਾ, ਇਹਨਾਂ ਦਾ ਜਿਹੜਾ 72,000 ਹੈ ਇਹ ਹੈ ਵੀ ਜਾਇਜ਼ ਹੈ, ਹਰੇਕ ਨੂੰ ਮਿਲ ਵੀ ਜਾਊ। ਫਿਰ ਸਰਕਾਰ ਨੇ ਕਰਜ਼ਾ ਮਾਫੀ ਦਾ ਕੀਤਾ, 2 ਲੱਖ ਤੱਕ ਗਰੀਬ ਬੰਦਿਆਂ ਦੇ ਨੇ ਕਰਜ਼ੇ ਮਾਫ ਕੀਤੇ ਹੈ, ਜੇ ਨਹੀਂ ਹੋਏ ਤਾਂ ਪਿੰਡਾਂ 'ਚ ਵੀ ਜਾ ਕੇ ਪੁੱਛ ਲਓ ਤੁਸੀਂ, ਇਹਨਾਂ ਨੇ ਜੋ ਵਾਅਦੇ ਕੀਤੇ ਹੈ ਉਹ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਕਰ ਰਹੇ ਨੇ। ਇਹ ਤਾਂ ਸਿਰਫ ਜਿਹੜੇ ਅਕਾਲੀ ਸਰਕਾਰ ਦੇ ਵੇਲੇ ਜਿੰਨੀ ਵੀ ਇੰਡਸਟਰੀ ਹੈ ਉਹ ਇੱਥੋਂ ਚਲੀ ਗਈ। ਬੇਅਦਬੀ ਦੇ ਦੋਸ਼ੀ ਨਹੀਂ ਫੜੇ ਗਏ ਤਾਂ ਬਾਰੇ ਕੀ ਕਹੋ? ਬੇਅਦਬੀ ਦੇ ਵੇਖੋ ਜੀ, ਇਹਨਾਂ ਨੇ ਹੁਣ ਜਦੋਂ ਸੈੱਟ ਲਾਈ ਹੈ, ਕੋਸ਼ਿਸ਼ ਕਰ ਰਹੇ ਆ, ਇਨਵੈਸਟੀਗੇਸ਼ਨ ਕਰ ਰਹੇ ਆ, ਐਵੇਂ ਤਾਂ ਕਿਸੇ ਨੂੰ ਫੜਿਆ ਹੀ ਨਹੀਂ ਜਾਂਦਾ, ਪੂਰੀ ਇਨਵੈਸਟੀਗੇਸ਼ਨ ਜ਼ੋਰ ਨਾਲ ਚੱਲ ਰਹੀ ਹੈ, ਜਦੋਂ ਵੀ ਉਹ ਮਤਲਬ ਇਨਵੈਸਟੀਗੇਸ਼ਨ 'ਚ ਆਊਗੇ ਉਹ ਬੰਦੇ ਨੂੰ ਫੜਨਗੇ। ਜਦੋਂ ਬਾਦਲਾਂ ਦੇ ਘਰ ਨੂੰ ਪੈੜਾਂ ਗਈਆਂ ਸੀ ਤਾਂ ਕਿਤੇ ਨਾ ਕਿਤੇ ਪੈੜਾਂ ਰੁਕ ਗਈਆਂ? ਬਿਲਕੁਲ ਕੋਈ ਰੁਕੀਆਂ ਨਹੀਂ, ਉਹ ਤਾਂ ਬਾਦਲਾਂ ਨੇ ਕਹਿ ਕੇ ਹੁਣ ਜਿਹੜਾ ਆ ਗਿਆ ਹੈ ਬਿਲਕੁਲ ਨਹੀਂ ਰੁਕੀਆਂ, ਉਹ ਤਾਂ ਅਕਾਲੀਆਂ ਨੇ ਕਹਿ ਕੇ ਸੈਂਟਰ 'ਚ ਜਿਹੜਾ ਉਹ ਆਈ ਜੀ ਲਾਇਆ ਸੀਗਾ ਉਹਨੂੰ ਬਦਲਿਆ, ਅਤੇ ਆਪਣੇ ਕੈਪਟਨ ਸਾਹਿਬ ਦਾ ਬਿਆਨ ਹੈ ਵੀ ਜਿੱਦਾਂ ਇਲੈਕਸ਼ਨਾਂ ਹੋ ਗਈਆਂ, ਇਲੈਕਸ਼ਨ ਨਾਲ ਦੀ ਨਾਲ ਕਾਊਂਟਿੰਗ ਤੋਂ ਬਾਅਦ ਉਹ ਦੁਬਾਰਾ ਲੱਗ ਜੂ। ਹੋਰ ਵੀ ਸਾਡੇ ਨਾਲ ਵੀਰ ਹੈਗਾ, ਥੋੜ੍ਹੇ ਵੀਰ ਜੀ ਪਿੱਛੇ ਹੋ ਜਾਈਏ, ਆਪਾਂ ਰੋਡ ਤੋਂ ਥੋੜ੍ਹੇ ਜਿਹਾ ਆਪਾਂ ਪਿੱਛੇ ਗੱਲਬਾਤ ਕਰਦੇ ਹਾਂ। ਕੀ ਲੱਗਦਾ ਤੁਹਾਨੂੰ, ਆਪਾਂ ਗੱਲ ਕੀਤੀ ਸੀ ਨੋਟਬੰਦੀ ਦੀ, GST ਇੱਥੇ ਲੱਗ ਚੁੱਕੀ ਸੀ, ਉਹਦੇ ਨਾਲ ਕੀ ਅਸਰ ਹੋਇਆ ਲੱਗਦਾ ਤੁਹਾਨੂੰ? ਬਾਈ ਜੀ, ਨੋਟਬੰਦੀ ਨਾਲ ਜੋ ਇਹਨਾਂ ਨੇ ਕਿਹਾ ਸੀ ਵੀ ਕਾਲਾ ਧਨ ਸਾਰਾ ਵਾਪਸ ਆਜੂਗਾ, ਉਹਦੇ ਨਾਲ ਕਾਲਾ ਧਨ ਤਾਂ ਕੋਈ ਵਾਪਸ ਨਹੀਂ ਆਇਆ, ਉਹਦੇ ਨਾਲ ਜਿਹੜਾ ਆਮ ਲੋਕਾਂ ਦੇ ਘਰਾਂ ਦੇ ਵਿੱਚ ਜਿਹਨਾਂ ਕੋਲ ਕੈਸ਼ ਪਿਆ ਸੀ, ਗਰੀਬ ਲੋਕਾਂ ਨੇ ਕੋਈ ਸਾਂਭ ਕੇ ਰੱਖਿਆ ਹੋਇਆ ਸੀ, ਉਹ ਕੈਸ਼ ਜ਼ਰੂਰ ਉਹਨਾਂ ਦਾ ਕਰਿਆ ਗਿਆ, ਲੋਕਾਂ ਦੀ ਮੌਤ ਵੀ ਹੋਈ, 100 ਤੋਂ ਵੱਧ ਲੋਕਾਂ ਦੀ ਡੈਥ ਹੋ ਗਈ, ਉਹਦੇ ਨਾਲ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਮੋਦੀ ਸਰਕਾਰ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਜੇ ਨੋਟਬੰਦੀ ਇੱਕ ਮੁੱਦਾ ਹੈ, GST ਇੱਕ ਮੁੱਦਾ ਹੈ, ਤਾਂ ਸਪੀਚਾਂ ਦੇ ਵਿੱਚ ਹੁਣ ਮੋਦੀ GST ਤੋਂ ਉਹਦੇ ਬਾਰੇ ਕਿਉਂ ਨਹੀਂ ਬੋਲਦੇ? ਉਹ ਸਿਰਫ ਇੱਕੋ ਹੀ ਗੱਲ ਕਰਦੇ ਆ, ਰਾਸ਼ਟਰਵਾਦ ਦੀ, ਹਿੰਦੂ ਰਾਸ਼ਟਰ ਦੀ, ਲੋਕਾਂ ਨੂੰ ਉਹ ਆਪਸ ਲੜਾ ਰਹੇ ਆ, ਲੋਕਾਂ ਨੂੰ ਧਰਮ, ਉਹ ਉਹਨਾਂ ਨੂੰ ਪਤਾ ਹੈ ਵੀ ਜੇ 100 ਦੇਸ਼ ਦੇ ਵਿੱਚ ਜ਼ਿਆਦਾਤਰ ਮੈਜੋਰਿਟੀ ਹਿੰਦੂਆਂ ਦੀ ਹੈ, ਹਿੰਦੂਆਂ ਨੂੰ ਆਪਦੇ ਪੱਖ 'ਚ ਕਰ ਲਓ, ਪਰ ਲੇਕਿਨ ਹਿੰਦੂ ਵੀ, ਅੱਜ ਕੱਲ੍ਹ ਪੜ੍ਹੇ ਲਿਖਿਆ ਹਿੰਦੂ ਵੀ ਇਸ ਗੱਲ ਨੂੰ ਸਪੋਰਟ ਨਹੀਂ ਕਰਦਾ। ਰਾਜਾ ਵੜਿੰਗ ਨੇ ਵੀ ਇੱਕ ਬਿਆਨ ਦਿੱਤਾ ਹੈਗਾ ਵਾ, ਤੁਸੀਂ ਗੱਲ ਕੀਤੀ ਸੀ ਰਾਜਾ ਵੜਿੰਗ ਨੇ ਵੀ ਹਿੰਦੂ ਪੱਤਾ ਖੇਡਿਆ ਹੈਗਾ ਵਾ, ਤੁਸੀਂ ਕੀ ਕਹੋਗੇ ਇਹਦੇ ਬਾਰੇ? ਨਹੀਂ ਸਰ, ਉਹ ਹਿੰਦੂ ਪੱਤੇ ਵਾਲੀ ਗੱਲ ਨਹੀਂ ਹੈ, ਉਹ ਤਾਂ ਇੱਕ ਜਰਨਲ ਬਿਆਨ ਹੈ, ਕਿਉਂਕਿ ਜੋ ਉਸ ਟਾਈਮ ਹੋਇਆ ਸੀਗਾ ਉਹ ਗੱਲ ਸੀਗੀ, ਉਹਦੇ ਵਿੱਚ ਕੋਈ ਸਿੱਖਾਂ ਦੇ ਲਈ ਉਹ ਨਹੀਂ ਹੈਗਾ, ਕਿਉਂਕਿ ਉਹਦੇ ਵਿੱਚ ਉਦੋਂ ਮਾੜੀਆਂ, ਜਦੋਂ ਕੋਈ ਵੀ ਮੁਹਿੰਮ ਚੱਲਦੀ ਹੈ ਉਹਦੇ ਵਿੱਚ ਚੰਗੀਆਂ ਤਾਕਤਾਂ ਤਾਂ ਚਲੋ ਜੇ ਹੁੰਦੀਆਂ, ਕੋਈ ਸਹੀ ਡਾਇਰੈਕਸ਼ਨ ਚੱਲ ਰਹੀਆਂ, ਬਿਲਕੁਲ ਮਾੜੀਆਂ ਤਾਕਤਾਂ ਵੀ ਹੁੰਦੀਆਂ ਨੇ। ਪਰ ਉਹਨਾਂ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਉਦੋਂ ਹਿੰਦੂ ਮਾਰੇ ਗਏ, ਸਾਰੇ ਹਰ ਕੋਈ ਜਾਣਦਾ ਹੈਗਾ, ਉਹ ਤੋਂ ਸਿੱਖ ਵੀ ਉਦਾਂ ਹੀ ਮਾਰਿਆ ਗਿਆ, ਹਿੰਦੂ ਵੀ ਮਾਰਿਆ ਗਿਆ, ਕਿਤੇ ਨਾ ਕਿਤੇ ਸਰਕਾਰਾਂ ਦੇ ਇਸ ਟਾਈਮ ਦੇ ਉੱਤੇ ਜਿਹੜੇ ਪਰਚੇ ਵੀ ਹੋਏ ਆ, ਵੱਡੇ ਵੱਡੇ DIG ਫੜ ਕੇ ਅੰਦਰ ਦੇ ਦਿੱਤੇ ਗਏ ਆ, ਪੁਲਿਸ ਮੁਲਾਜ਼ਮ ਅੰਦਰ ਦੇ ਦਿੱਤੇ ਗਏ ਆ, ਸਪਸ਼ਟ ਹੋ ਚੁੱਕਾ ਵਾ, ਪਰ ਫਿਰ ਵੀ ਇੱਕ ਤਬਕੇ ਨੂੰ ਟਾਰਗੇਟ ਕੀਤਾ ਜਾ ਰਿਹਾ ਨਹੀਂ ਸਰ, ਕੋਈ ਤਬਕੇ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ, ਤੁਸੀਂ ਉਹਨਾਂ ਦੇ ਹੋਰ ਵੀ ਬਿਆਨ ਕਰ ਲਓ, ਸੁਣ ਲਓ, ਕੋਈ ਵੀ ਦੇਖ ਲਓ, ਕਿਸੇ ਵੀ ਸਾਡੇ ਲੀਡਰ ਦਾ ਬਿਆਨ ਸੁਣੋ, ਉਹਨਾਂ ਨੇ ਕਦੇ ਵੀ ਇੱਕ ਜਾਂ ਇਕੱਲੇ ਸਿੱਖਾਂ ਦੀ ਜਾਂ ਇਕੱਲੇ ਹਿੰਦੂਆਂ ਦੀ ਕਦੇ ਕੋਈ ਗੱਲ ਨਹੀਂ ਕਰੀ, ਉਹ ਸੈਕੂਲਰ ਦੀ ਗੱਲ ਕਰਦੇ ਆ, ਜੋ ਇਕੱਲੇ ਜੇ ਇਕੱਲੇ ਸਿੱਖਾਂ ਦੀ ਵੋਟ ਦੀ ਗੱਲ ਕਰਦੇ ਆ ਤਾਂ ਕੋਈ ਬਾਦਲ ਦਲ ਕਰਦਾ, ਜਾਂ ਹਿੰਦੂਆਂ ਦੀ ਵੋਟ ਦੀ ਗੱਲ ਕਰਦਾ ਤਾਂ ਉਹ ਮੋਦੀ ਕਰਦਾ। ਹੁਣ ਇੱਕ ਇਹਨਾਂ ਦੇ ਇੱਕ ਮੰਤਰੀ ਦਾ ਬਿਆਨ ਸੀਗਾ ਖੁਦ, ਜੋ ਸਪੀਚ ਦੇ ਇਲੈਕਸ਼ਨ ਦੇ ਵਿੱਚ ਬੰਦੇ ਨੇ ਦਿੱਤੀ ਸੀ, ਉਹ ਕਹਿ ਰਿਹਾ ਸੀ, ਕਹਿੰਦਾ ਦੇਸ਼ ਦੇ ਵਿੱਚ 125 ਕਰੋੜ ਦੀ ਆਬਾਦੀ, 125 ਕਰੋੜ ਦੀ ਆਬਾਦੀ ਹੈ, ਉਹਦੇ ਵਿੱਚੋਂ 100 ਕਰੋੜ ਹਿੰਦੂ ਹੈ, ਅਤੇ ਕਹਿੰਦਾ ਮੈਂ ਇੱਕ ਪ੍ਰਣ ਕਰਦਾ ਵੀ ਮੈਂ 1 ਰੁਪਏ ਦੀ ਚੀਜ਼ ਵੀ ਖਰੀਦੂੰਗਾ ਤਾਂ ਹਿੰਦੂ ਤੋਂ ਖਰੀਦੂੰਗਾ, ਤਾਂ ਜਿਹੜੇ ਬਾਕੀ 25 ਕਰੋੜ ਲੋਕ ਰਹਿ ਜਾਣਗੇ ਉਹ ਆਪਣੇ ਆਪ ਹਿੰਦੂ ਬਣ ਜਾਣਗੇ। ਉਹਨਾਂ ਦਾ ਤਾਂ ਮੁੱਦਾ ਹੀ ਇਹ ਹੈ ਵੀ ਸਾਰੇ ਦੇਸ਼ ਨੂੰ ਆਪਾਂ ਹਿੰਦੂ ਬਣਾ ਦਈਏ, ਜੋ ਇੱਕ ਟਾਈਮ ਮੁਗਲ ਕਰਦੇ ਸੀ ਧੱਕੇ ਨਾਲ। ਰਾਜਾ ਵੜਿੰਗ ਦੀ ਕਿੰਨੀ ਕੁ ਜਿੱਦ ਯਕੀਨੀ ਮੰਨਦੇ ਹੋ? ਬੀਬਾ ਹਰਸਿਮਰਤ ਕੌਰ ਕਹਿ ਰਿਹਾ ਕਿ ਹੈਟ੍ਰਿਕ ਲਾਉਣ ਦੀ ਤਿਆਰੀ ਆ। ਨਹੀਂ ਸਰ, ਇਹ ਬਿਲਕੁਲ ਉਹ ਹੈ ਜੀ, ਕੋਈ ਹੈਟ੍ਰਿਕ ਨਹੀਂ ਲੱਗਣੀ, ਲੋਕ ਸਿਆਣੇ ਹੋ ਚੁੱਕੇ ਆ ਜੀ, 1 ਲੱਖ ਮਿਨੀਮਮ ਮਾਰਜਨ ਤੁਹਾਨੂੰ ਮੈਂ ਦੱਸ ਰਿਹਾ, 1 ਲੱਖ ਹੈ ਮਿਨੀਮਮ ਮਾਰਜਨ। ਉਸ ਰਾਜਾ ਵੜਿੰਗ ਦੇ ਇਲਜ਼ਾਮ ਲਾਇਆ ਜਾਂਦਾ ਕਿ ਬਾਹਰੀ ਉਮੀਦਵਾਰ, ਤੁਸੀਂ ਕਿਵੇਂ ਲੈਂਦੇ ਆ, ਤੁਸੀਂ ਹਲਕੇ ਤੋਂ ਉਹਦਾ? ਹਾਂਜੀ ਸਰ, ਅਸੀਂ ਹਲਕੇ ਤੋਂ ਐਸੇ ਵਾਰਡ ਦੇ MC ਮੇਰੇ ਫਾਸ ਐਕਸਪਾਇਰ ਹੋ ਗਏ ਸੀ, ਮੈਂ ਉਹਨਾਂ ਦੀ ਥਾਂ 'ਤੇ ਵਰਕਿੰਗ ਕਰ ਰਿਹਾ। ਸਰ, ਰਾਜਾ ਵੜਿੰਗ ਜੀ ਲੋਕਲ ਬਠਿੰਡੇ ਦੇ, ਸੋ ਸਿਰਫ 10 ਕਿਲੋਮੀਟਰ ਆ ਜੀ, ਉਹ ਲੋਕਲ ਵਰਗਾ ਹੀ ਹੋ ਗਿਆ ਜੀ, ਅੱਜ ਕੱਲ੍ਹ 10 ਕਿਲੋਮੀਟਰ ਦਾ ਸ਼ਹਿਰ ਹੀ ਹੋ ਜਾਂਦਾ ਜੀ, ਕੋਈ ਬਾਹਰ ਲੈ ਨਹੀਂ, ਜਿੰਨੀ ਦੂਰ ਬੀਬਾ ਜੀ ਦਾ ਸਗੋਂ ਵੱਧ ਹੋਣਗੇ ਜੀ, ਰਾਜਾ ਵੜਿੰਗ ਜੀ ਦਾ ਘਰ ਹੀ ਬੈਠੇ ਜੀ। ਕਿੰਨਾ ਕਿੱਥੇ ਵਿਚਰਦੇ ਲੋਕਾਂ ਦੇ ਵਿੱਚ, ਉਹਨਾਂ ਕਿਹਾ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਗੱਲ ਕੀਤੀ ਸੀ, ਜੇ ਆਪਾਂ ਸ਼ਹਿਰ ਦੀ ਗੱਲ ਕਰਦੇ ਹਾਂ, ਬਠਿੰਡੇ ਦੇ ਲੋਕ ਰੋਸ ਕਰਨ ਡਏ ਆ ਕਿ ਕਿਤੇ ਨਾ ਕਿਤੇ ਡਿਵੈਲਪਮੈਂਟ ਨਹੀਂ ਹੋਈ। ਸਰ ਜੀ, ਬੀਬਾ ਜੀ 5 ਸਾਲ 'ਚ ਬਠਿੰਡੇ ਦੇਖ ਰਹੇ ਹੋ ਜੀ, ਸਰ ਬੀਬਾ ਜੀ ਬਠਿੰਡੇ ਕਿੰਨੇ ਕੁ ਵਾਰ ਆਏ ਆ 5 ਸਾਲ ਪਹਿਲਾਂ ਤਾਂ ਇਹ ਦੱਸਿਆ ਜਾਵੇ, ਜੇ ਉਹਨਾਂ ਨੇ ਕੋਈ ਵਿਕਾਸ ਕੀਤਾ ਹੁੰਦਾ, ਕੰਮ ਕੀਤਾ ਹੁੰਦਾ, ਸ਼ਾਇਦ ਅੱਜ ਘਰ ਘਰ ਦੀਆਂ ਉਹਨਾਂ ਨੂੰ ਕੁੰਡੀਆਂ ਖੜਕਾਉਣ ਦੀ ਲੋੜ ਨਾ ਪਏ। ਬਿਲਕੁਲ।
कुछ नहीं होया जी, कोई कैलीफोर्निया नहीं बनया, सही सरासर झूठ है। जे बीबा ने काम करे होंगे जिम्मे बाई जी ने कहा, उन्होंने घर घर आने की लड़ नहीं पैंती, लोग वोटा पाते। बिल्कुल जी, सन कांग्रेस पार्टी के वर्कर जेडे कि इस टाइम के उ बठिंडे दलिया के राजे वड़िंग का प्रचार करने वास्ते निकल लगे है। परिवार इतने हर एक पार्टी का नुमाइंदा जोड़ा खड़ा है, परिवार उन्होंने पहुँचे हैगा वा। इस टाइम तो बीबी अमृता वड़िंग जी इस टाइम पहुँचे है, उन्होंने गलबात करने की आप कोशिश करते हैं। मनप्रीत बादल इतने पहुँचे से, उन्होंने मीडिया से आने तो किनारा कर दिता वा, जितों तो बाद शायद मीडिया उत्ते आ गलबात करे, पर वे वे वादे किए थे। केबल माफिया दी गल्लां कीतियां सरकार ने आने वेले, कितना कितने रेत माफिया दी गल्लां कीतियां सी, शायद मनप्रीत बादल उन्होंने गल्लां तो पासा कतरा रहे है। वेखते हैं, कोशिश करा कि मनप्रीत बादल जी दोबारा मिलती, तो इस बारे पूछा जाऊगा कि जो सरकार आनिया होंदिया वा, वे वे लुभावने वादे किए जाते, रेत माफिया की गल की सी, केवल माफिया की गल की सी, रेत माफिया भी उस तरह सरकार चल रहा, तो केवल माफिया भी जरा क्या से असी बंद करावे। वेखते हैं लुभावने वादे किन्ने क सफल होंगे। कांग्रेस के डिस्ट्रिक्ट मैंबर साढ़े नाल इस टाइम के उत्ते हैगे आ अरुण जीतमल जी, उन्होंने गलबात करते हैं। किवें दा लगता रुझान, वड्डी दावेदारी की जा रही हैगी अकाली दल वालों भी कि बीबा हरसिमरत कौर जितने, दूजे पास राजा वड़िंग भी अपनी दावेदारी कर रहे कि लखां वोट से राजा वड़िंग जितने, तुहानू की लगता? तुसीं किहदी दावेदारी ते मोर लाउंदे हो? मीडिया कभी मोर नहीं लाउंदा, मोर तुसीं लाउणी? नहीं नहीं, सारा मीडिया ला रहा मोर भी राजा 1,00,000 वोट नाल जित रहा है। ਤੁਸੀਂ ਪਹਿਲੇ ਬੰਦੇ ਹੋ ਜਿਹੜੇ ਮੈਨੂੰ ਮਿਲੇ ਹੋ ਵੀ ਮੋਹਰ ਨਹੀਂ ਲਾ ਰਹੇ। ਇਸ ਕਰਕੇ ਮੀਡੀਆ ਕਦੇ ਵੀ ਮੋਹਰ ਨਹੀਂ ਲਾਉਂਦਾ, ਮੋਹਰ ਹੁੰਦੀ ਆ ਆਮ ਲੋਕਾਂ ਦੀ ਰਾਏ ਲਈ ਜਾਂਦੀ ਆ, ਜਿਹਦੇ ਵਿੱਚ ਤੁਸੀਂ ਵੀ ਹੋ। ਤੁਸੀਂ ਆਪਣੇ ਤੌਰ ਤੇ ਕੀ ਕਹਿੰਦੇ ਹੋ? ਬਾਈ ਜੀ, ਸੌਣ ਦੇ ਹਰੇ ਜੰਮੇ ਨੂੰ ਤਾਂ ਹਰਾ ਹੀ ਹਰਾ ਵੇਖਦਾ, ਸਾਨੂੰ ਤਾਂ ਜਿਹੜਾ ਮਿਲਦਾ ਉਹ ਕਹਿੰਦਾ ਤੁਹਾਨੂੰ ਹੀ ਵੋਟਾਂ ਪਾਵਾਂਗੇ, ਸਾਨੂੰ ਤਾਂ ਐਂ ਲੱਗੀ ਜਾਂਦਾ ਬੀਬੀ ਨੂੰ ਵੋਟ ਨਹੀਂ ਪੈਣੀ। ਪਰ ਮੈਂ ਤੁਹਾਨੂੰ ਤਾਂ ਕਿਹਾ ਵੀ ਤੁਹਾਨੂੰ ਇੰਡੀਪੈਂਡੈਂਟ ਰਾਏ ਦੇ ਦਿੰਦੇ ਹਰੇਕ ਬੰਦਾ ਤੁਹਾਡੇ, ਠੀਕ ਹੈ? ਥੋੜ੍ਹੀ ਦੇਰ ਪਹਿਲਾਂ ਅਸੀਂ ਗਏ ਸੀ, ਜਿਵੇਂ ਇਸ ਟਾਈਮ ਤੁਹਾਡੇ ਗੜ ਕਾਂਗਰਸ ਦੇ ਗੜ 'ਚ ਹੈਗੇ ਹਾਂ, ਜਿੱਥੋਂ ਥੋੜ੍ਹੀ ਦੂਰ ਹੈਗਾ ਬੀਬਾ ਹਰਸਿਮਰਤ ਕੌਰ ਦਾ ਗੜ ਵੀ, ਜੇ ਆਪਾਂ ਦਫ਼ਤਰ ਦੀ ਗੱਲ ਕਰਦੇ ਹਾਂ। ਉਸ ਦਫ਼ਤਰ ਤੋਂ ਇੱਕੋ ਹੀ ਆਵਾਜ਼ ਆਉਂਦੀ ਸੀ, ਜਿਵੇਂ ਤੁਸੀਂ ਕਹਿ ਰਾਜਾ ਵੜਿੰਗ ਜੀ ਲੱਖਾਂ ਨਾਲ ਜਿੱਤਣਗੇ, ਅਤੇ ਉਹ ਵੀ ਪਾਰਟੀ ਵਰਕਰ ਕਹਿ ਰਹੇ ਕਿ ਲੱਖਾਂ ਦੇ ਨਾਲ ਬੀਬਾ ਹਰਸਿਮਰਤ ਕੌਰ ਜਿੱਤਣਗੇ। ਬਾਈ ਜੀ, ਇੱਥੋਂ 36 ਉਮੀਦਵਾਰ ਖੜ੍ਹੇ ਆ, 36 ਦੇ 36 ਨੂੰ ਲੱਗੀ ਜਾਂਦੇ ਸੀ ਜਿੱਤਾਂਗੇ। ਬਿਲਕੁਲ ਸਹੀ ਗੱਲ ਹੈ, ਬੀਬਾ ਹਰਸਿਮਰਤ ਕੌਰ ਬਹੁਤ ਵੱਡੀ ਅਤੇ ਵੋਟ 'ਤੇ ਹਾਰਨ ਜਾ ਰਹੀ ਹੈ ਇੱਥੋਂ। ਇਹ ਗੱਲ ਤੁਸੀਂ ਮੈਨੂੰ 23 ਤਰੀਕ ਨੂੰ ਆ ਕੇ ਰਿਪੀਟ ਵੀ ਕਰ ਲਿਓ ਵੀ ਬਾਈ ਤੂੰ ਉਦੇ ਐਂ ਕਹਿੰਦਾ ਸੀ ਅੱਜ ਕੀ ਗੱਲ ਹੋਈ ਹੈ। ਕਿਹੜੇ ਮੇਨ ਮੁੱਦੇ ਹੈਗੇ ਆ ਜਿਹੜੇ ਤੁਸੀਂ ਲੈ ਕੇ ਆ ਰਹੇ ਆ ਜਿਨ੍ਹਾਂ ਨਾਲ ਜਿੱਤ? ਜੀ ਇੱਕ ਮਿੰਟ ਪਲੀਜ਼ ਜੀ, ਪਲੀਜ਼ ਪਲੀਜ਼, ਕਿਹੜੇ ਮੁੱਦੇ ਆ ਲਗਭਗ? ਨਹੀਂ, ਇਹ ਬਹੁਤ ਮਾੜੀ ਗੱਲ ਹੈ। ਕਾਂਗਰਸ ਪਾਰਟੀ ਕਿਹੜੇ ਮੁੱਦੇ ਲੈ ਕੇ ਆ ਰਹੀ ਹੈਗੀ ਆ ਬੀਬੀ ਬਾਦਲ ਨੂੰ ਹਰਾਉਣ ਵਾਸਤੇ? ਭਾਅ ਜੀ, ਸਭ ਤੋਂ ਵੱਡਾ ਮੁੱਦਾ ਤਾਂ ਇਹੀ ਹੈ ਵੀ ਜਿਹੜਾ ਸਰਕਾਰ ਮਹਿਲਾਵਾਂ ਦੀ ਬੇਅਦਬੀ ਕਰੀ ਜਾਂਦੇ ਹੈ, ਉਹਨਾਂ ਨੂੰ ਕਾਹਦੇ ਵਾਸਤੇ ਵੋਟ ਪਾਉਣੀ ਹੈ? ਬੀਬੀ ਹਰਸਿਮਰਤ ਤੋਂ ਉੱਥੋਂ ਅਸਤੀਫਾ ਦੇ ਦੇਣਾ ਚਾਹੀਦਾ ਸੀਗਾ। ਉਹਨਾਂ ਦਾ ਜਿਹੜਾ ਮੁਖੀ ਹੈ ਉਹ ਆਪਣੀ ਵਾਈਫ ਨੂੰ ਤਾਂ ਕਦੀ ਲਿਆਏ ਨਹੀਂ ਨਾਲ, ਵੇਖਿਆ ਕਦੀ ਤੁਸੀਂ ਮੀਡੀਆ ਵਾਲਿਆਂ ਨੇ? ਦੂਜਾ ਮੁੱਦਾ GST, ਤੀਜਾ ਮੁੱਦਾ ਨੋਟਬੰਦੀ, ਬੇਰੁਜ਼ਗਾਰੀ। ਭਾਅ ਜੀ, 2 ਕਰੋੜ ਬੇਰੁਜ਼ਗਾਰ ਹੋ ਗਏ ਮੋਦੀ ਦੇ ਰਾਜ 'ਚ। 15-15 ਲੱਖ ਰੁਪਏ ਦਾ ਗੱਲ ਚਲੋ ਸਾਰਿਆਂ ਦੇ ਖਾਤੇ 'ਚ ਆ ਹੀ ਗਿਆ, ਤੁਹਾਨੂੰ ਵੀ ਪਤਾ, ਠੀਕ ਹੈ ਨਾ ਜੀ? ਅਤੇ ਹਰ ਬੰਦਾ ਇੱਥੇ ਦੁਖੀ ਹੈ। ਵਪਾਰ ਦੀ ਤੁਸੀਂ ਵੇਖੋ, ਜਮਾਂ ਚੁੱਪਟ ਹੋ ਗਿਆ। ਮੈਂ ਵਪਾਰੀ ਵੀ ਹਾਂ, ਮੈਂ ਇੱਕ ਕਿਸਾਨ ਵੀ ਹਾਂ। ਤੁਹਾਡੀ ਪਾਰਟੀ ਵੱਲੋਂ ਇੱਕ ਵੱਡਾ ਵਾਅਦਾ ਕੀਤਾ ਜਾ ਰਿਹਾ ਗਿਆ 15 ਲੱਖ ਅਤੇ ਉਹ ਤੋਂ ਬਾਅਦ 72,000 ਦਾ, ਤੁਹਾਨੂੰ ਕੀ ਲੱਗਦਾ 72,000 ਦਾ ਵਾਅਦਾ ਪੂਰਾ ਕਰੋਗੇ? ਬਾਈ ਜੀ, ਬਿਲਕੁਲ ਕਰਾਂਗੇ। 72,000 ਦੀ ਜਿਹੜੀ ਨਿਆਏ ਯੋਜਨਾ ਹੈ, ਤੁਹਾਨੂੰ ਮੈਂ ਨਾਮ ਦੱਸਦਾ ਕਿਹਨਾਂ ਨੇ ਬਣਾਈ ਹੈ। ਸਰਦਾਰ ਮਨਮੋਹਨ ਸਿੰਘ ਜੀ ਨੇ, ਮਨਟੇਕ ਸਿੰਘ ਆਲੂ ਵਾਲਿਆਂ ਨੇ, ਰਘੂ ਰਾਜਨ ਨੇ, ਪੀ ਚਿਦੰਬਰਮ ਨੇ, ਅਤੇ ਇਹ ਬੰਦੇ ਗੱਪ ਨਹੀਂ ਮਾਰਦੇ, ਇਹ ਸੱਚ 'ਤੇ ਖੜ੍ਹੇ ਹੈ। ਮਨਮੋਹਨ ਸਿੰਘ ਤਾਂ ਰੱਬਰ ਦਾ ਬੰਦਾ ਹੈ ਜੀ। ਇਹ 72,000 ਰੁਪਇਆ ਸਾਲ ਦਾ, 6,000 ਰੁਪਇਆ ਹਰ ਲੇਡੀ ਦੇ ਖਾਤੇ 'ਚ ਆਊਗਾ ਹੀ ਆਊਗਾ। ਤੁਸੀਂ ਇੱਕ ਵਾਰੀ ਸਰਕਾਰ ਉੱਤੇ ਬਣ ਦਿਓ ਸਾਡੀ। ਰੱਬ ਨੂੰ ਪਿੱਛੇ ਕਰਕੇ ਫਿਰ ਕਿਉਂ ਅੱਗੇ ਰਾਹੁਲ ਗਾਂਧੀ ਨੂੰ ਕੀਤਾ ਗਿਆ? ਰੱਬ ਵਰਗਾ ਬੰਦਾ ਪਿੱਛੇ ਕਰ ਦਿੱਤਾ? ਮੈਨੂੰ ਤਾਂ ਤੁਹਾਡੀ ਗੱਲ ਵੀ ਨਹੀਂ ਸਮਝ ਆਉਂਦੀ। ਰਾਹੁਲ ਗਾਂਧੀ ਪਾਰਟੀ ਦਾ ਪ੍ਰਧਾਨ ਹੈ, ਪਰ ਇਸ ਟਾਈਮ 'ਤੇ ਪ੍ਰਧਾਨ ਮੰਤਰੀ ਸੀਟ ਦੇ ਦਾਅਵੇ ਨਾ ਕਿੱਥੇ ਵਹਾਓ, ਕਿੰਨੇ ਕਿਹਾ ਇਹ ਗੱਲ? ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਪ੍ਰਧਾਨ ਮੰਤਰੀ ਦਾਅਵੇਦਾਰ ਦੀ ਗੱਲ ਕੀਤੀ ਆ ਵੱਡੀ ਰੈਲੀ ਦੀ। ਭਾਅ ਜੀ, ਮੈਂ ਹੁਣ ਇੱਥੇ ਕਹਿਦਾ ਵੀ ਆਉਣ ਵਾਲੇ ਸਮੇਂ ਦੇ ਇਹ ਪ੍ਰਧਾਨ ਮੰਤਰੀ, ਐਂ ਨਹੀਂ ਗੱਲ ਹੁੰਦੀ, ਇੱਕ ਸਿਸਟਮ ਹੈ। ਵੇਖੋ, ਮੈਂ ਇੱਕ ਤੁਹਾਡੇ ਰਾਹੀਂ ਇੱਕ ਗੱਲ ਕਰੈਕਟ ਕਰਨਾ ਚਾਹੁੰਦਾ। ਇਹ BJP ਦੀ ਚਾਲ ਹੈ, ਉਹ ਹਮੇਸ਼ਾ ਮੋਦੀ ਦੇ ਨਾਲ ਫੋਟੋ ਰਾਹੁਲ ਗਾਂਧੀ ਜੀ ਵਹਾ ਦਿੰਦੇ ਆ। ਯਾਰ, ਮੋਦੀ ਤਾਂ ਹੈਗਾ ਪ੍ਰਾਈਮ ਮਿਨਿਸਟਰ, ਅਤੇ ਜਿਹੜਾ ਸਾਡਾ ਪਹਿਲੇ ਪ੍ਰਾਈਮ ਮਿਨਿਸਟਰ ਰਿਹਾ ਉਹਨਾਂ ਨਾਲ ਫੋਟੋ ਵਹਾਓ ਨਾ, ਮਨਮੋਹਨ ਸਿੰਘ ਜੀ ਨਾਲ ਉਹਨਾਂ ਦੀ। ਜੇ ਤੁਸੀਂ ਰਾਹੁਲ ਗਾਂਧੀ ਦਾ ਕੰਪੈਰੀਜ਼ਨ ਕਰਨਾ ਹੈ ਤਾਂ ਅਮਿਤ ਸ਼ਾਹ ਨਾਲ ਕਰੋ। ਅਮਿਤ ਸ਼ਾਹ ਉਹਨਾਂ ਦਾ ਪ੍ਰਧਾਨ ਹੈ, ਰਾਹੁਲ ਗਾਂਧੀ ਸਾਡਾ ਪ੍ਰਧਾਨ ਹੈ।
ਇਹੀ ਤਾਂ ਗੱਲ ਹੈ। ਕਾਂਗਰਸ ਪਾਰਟੀ ਕਿਹਨੂੰ ਪ੍ਰਧਾਨ ਮੰਤਰੀ ਦਾਅਵੇਦਾਰੀ ਵਾਸਤੇ ਲੱਗਦਾ, ਤੁਹਾਨੂੰ ਕਿਹੜਾ ਉਮੀਦਵਾਰ? ਬਾਈ ਜੀ, ਕਾਂਗਰਸ ਪਾਰਟੀ ਕਦੀ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਪਹਿਲੇ ਅਨਾਊਂਸ ਨਹੀਂ ਕਰਦੀ। ਜਦੋਂ ਮਨਮੋਹਨ ਸਿੰਘ ਜੀ ਬਣੇ ਸੀ ਕਿ ਉਦੋਂ ਅਸੀਂ ਅਨਾਊਂਸ ਕੀਤਾ ਸੀ ਮਨਮੋਹਨ ਸਿੰਘ ਜੀ ਬਣਨਗੇ। ਉਦੋਂ ਸੋਨੀਆ ਗਾਂਧੀ ਦੀ ਪ੍ਰਧਾਨਗੀ ਦੇ ਵਿੱਚ ਇਲੈਕਸ਼ਨ ਲੜੀ ਗਈ ਸੀ। ਸੋਨੀਆ ਗਾਂਧੀ ਜੀ ਨੇ ਮੂਵਮੈਂਟ 'ਤੇ ਕਿਹਾ ਸੀ ਵੀ ਆਹ ਬੰਦਾ ਸਾਡਾ ਪ੍ਰਧਾਨ ਮੰਤਰੀ ਬਣੂਗਾ, ਇਹ ਗੱਲ ਚੇਤੇ ਕਰੋ। ਰਾਜਾ ਵੜਿੰਗ ਦਾ ਜਿਹੜਾ ਕਿਹਾ ਜਾ ਰਿਹਾ ਕਿ ਇਹ ਬਾਹਰੀ ਉਮੀਦਵਾਰ ਹੈਗਾ ਵਾ, ਕਿਵੇਂ ਲੱਗਦਾ ਤੁਹਾਨੂੰ? ਕਿੰਨੀ ਦੂਰ ਤੋਂ ਹੈਗੇ ਅਤੇ ਇਹ ਕਿਹਾ ਰਹਿੰਦਾ ਪੈਰਾਸ਼ੂਟ ਉਮੀਦਵਾਰ ਉਤਾਰ? ਰਾਜਾ ਵੜਿੰਗ ਸਾਡੇ ਦਿਲਾਂ 'ਚ ਰਹਿੰਦਾ, ਬਾਹਰੀ ਤਾਂ ਉਹ ਹੁੰਦਾ ਜਿਹੜਾ ਜਾਣਦਾ ਨਹੀਂ ਹੁੰਦਾ। ਰਾਜਾ ਵੜਿੰਗ, ਮੈਨੂੰ ਦੱਸੋ ਇੱਕ ਮਿੰਟ, ਰਾਜਾ ਵੜਿੰਗ ਜਿੱਥੇ ਰਹਿੰਦਾ ਉਹ ਹੈਗਾ 25 ਕਿਲੋਮੀਟਰ ਅਤੇ ਬੀਬਾ ਹਰਸਿਮਰਤ ਜਿੱਥੇ ਰਹਿੰਦੀ ਉਹ 35 ਕਿਲੋਮੀਟਰ, ਬਾਹਰੀ ਕਿਹੜਾ ਹੋ ਗਿਆ? ਭਾਅ ਜੀ ਇੱਕ ਮਿੰਟ ਯਾਰ, ਕਮਾਲ ਹੀ ਆ ਯਾਰ ਤੁਹਾਡੀ। ਕਿਵੇਂ ਲੱਗਦਾ ਤੁਹਾਨੂੰ ਇੱਥੇ ਕੈਲੀਫੋਰਨੀਆ ਬਣਾਉਣ ਦੀ ਗੱਲ ਚੱਲੀ ਸੀ? 10 ਸਾਲ ਦਾ ਕਾਰਜਭਾਰ ਅਕਾਲੀ ਦਲ ਨੂੰ ਭੋਗਿਆ ਹੈਗਾ ਵਾ, 5 ਸਾਲ ਦੀ ਮੰਤਰੀ ਵੀ ਬੀਬੀ ਇਸ ਟਾਈਮ ਦੇ ਉੱਤੇ ਕਾਰਜਭਾਰ ਕੀਤਾ ਹੈਗਾ ਵਾ, ਕਿੰਨਾ ਕੁ ਬਠਿੰਡੇ ਦਾ ਕੈਲੀਫੋਰਨੀਆ ਬਣ ਚੁੱਕਾ ਹੈਗਾ ਪੂਰਾ ਹਲਕੇ ਦੀ ਗੱਲ ਕਰ? ਇਹੀ ਭਾਅ ਜੀ ਮੈਂ ਤੁਹਾਨੂੰ ਗੱਲ ਦੱਸਣ ਲੱਗਾ, ਉੱਤਰ ਮੋਦੀ ਦੀ ਸਰਕਾਰ, ਥੱਲੇ ਸਰਦਾਰ ਬਾਦਲ ਦੀ ਸਰਕਾਰ, ਥੱਲੇ ਕਾਰਪੋਰੇਸ਼ਨ ਇਹਨਾਂ ਦੀ ਲਗਾਤਾਰ 50 ਸਾਲਾਂ ਤੋਂ ਕਾਰਪੋਰੇਸ਼ਨ ਇਹਨਾਂ ਦੀ ਬਣੀ ਆ ਰਹੀ ਹੈ। ਜਿਹੜੀ ਬੋਡੀ ਦੀ, ਲੋਕਲ ਬੋਡੀ ਦੀ ਡਿਵੈਲਪਮੈਂਟ ਕਰਨੀ ਹੁੰਦੀ ਹੈ, ਕਾਰਪੋਰੇਸ਼ਨ ਨੇ ਕਰਨੀ ਹੁੰਦੀ ਹੈ। ਇਹਨਾਂ ਨੇ ਜਮਾਂ ਕੁਛ ਨਹੀਂ ਕੀਤਾ, ਇਹਨਾਂ ਨੇ ਕੀ ਕੀਤਾ ਸੁਣ ਲਓ ਗੱਲ। ਤਰਵੇਣੀ ਨੂੰ ਠੇਕਾ ਦੇ ਦਿੱਤਾ 274 ਕਰੋੜ ਰੁਪਏ ਦਾ, ਜਿਹਨੇ ਬੇੜਾ ਗਰਕ ਕਰਤਾ ਸ਼ਹਿਰ ਦਾ। ਇਹਨਾਂ ਨੇ ਸ਼ਹਿਰ ਦੇ ਵਿਚਾਲੇ ਕਚਰਾ ਪਲਾਂਟ ਲਵਾ ਦਿੱਤਾ, ਜਿਹਨੇ ਲੋਕਾਂ ਦਾ ਬੇੜਾ ਗਰਕ ਕਰਤਾ। ਇਹ ਤਾਂ ਇਹਨਾਂ ਦੀ ਕਾਰਜਗੁਜ਼ਾਰੀਆਂ ਜੀ। ਇਹ ਜਿਹੜੇ ਕੈਲੀਫੋਰਨੀਆ ਬਣਨਾ ਬਾਈ ਜੀ, ਐਂ ਨਹੀਂ ਬਣਨਾ, ਤੁਹਾਡੇ ਮੇਰੇ ਕਹਿਣ 'ਤੇ ਨਹੀਂ ਬਣਨਾ, ਇਹ ਇੱਕ ਐਫਰਟਸ ਨਾਲ ਬਣਨਾ। ਸਾਨੂੰ ਵੀ ਤੁਸੀਂ ਉੱਤੇ ਇੱਕ ਵਾਰੀ ਸਰਕਾਰ ਦੇ ਕੇ, ਵਿੱਚ ਸਾਡੀ ਸਰਕਾਰ ਹੈਗੀ 3 ਸਾਲਾਂ ਲਈ, ਅਤੇ ਲੋਕਲ ਬੋਡੀ ਦੀ ਜਦੋਂ ਸਰਕਾਰ ਆ ਗਈ, ਕੈਲੀਫੋਰਨੀਆ ਦਾ ਮੈਂ ਕਹਿੰਦਾ ਨਹੀਂ ਬਾਈ ਜੀ, ਬਠਿੰਡਾ ਇੰਡੀਆ ਦੇ ਅੱਗੇ ਵਾਲੇ ਨਕਸ਼ੇ ਦੇ 'ਚ ਆਊਗਾ। ਸੋਨੇ ਦੀ ਚਿੜੀ ਬਣੂਗਾ ਪੰਜਾਬ? ਬਿਲਕੁਲ ਬਿਲਕੁਲ ਬਾਈ ਜੀ, ਹੈਗੀ ਹੈ ਤਾਂ ਬਣੂਗਾ। ਬਿਲਕੁਲ ਜੀ, ਕੈਲੀਫੋਰਨੀਆ ਦੇ ਦਾਅਵਾ ਨਹੀਂ ਕਰ ਰਹੇ ਹੈਗੇ, ਪਰ ਪੰਜਾਬ ਨੂੰ ਸੋਨੇ ਦੀ ਚਿੜੀ ਜ਼ਰੂਰ ਬਣਾਇਆ ਜਾਊਗਾ, ਇਹ ਕਾਂਗਰਸੀ ਵਰਕਰ ਦਾਅਵਾ ਕਰ ਰਹੇ ਹੈਗੇ ਇਸ ਟਾਈਮ। ਹਰ ਇੱਕ ਜਿਹੜਾ ਕਿ ਇੱਥੇ ਖੜ੍ਹੇ ਹੈਗੇ ਉਮੀਦਵਾਰ, ਉਹਨਾਂ ਦੀਆਂ ਧਰਮ ਸੁਪਤਨੀਆਂ ਵੀ ਅੱਗੇ ਆ ਕੇ ਪ੍ਰਚਾਰ ਕਰ ਰਹੀਆਂ। ਰਾਜਾ ਵੜਿੰਗ ਦੀ ਧਰਮ ਸੁਪਤਨੀ ਅੰਮ੍ਰਿਤਾ ਵੜਿੰਗ, ਜਿਹੜੇ ਕਿ ਸਪੈਸ਼ਲ ਤੌਰ 'ਤੇ ਇੱਥੇ ਬੜੇ ਦਿਨਾਂ ਤੋਂ ਪ੍ਰਚਾਰ ਕਰ ਰਹੇ, ਆਪਣੇ ਪਤੀ ਦੇ ਹੱਕ ਵਿੱਚ ਜਿਤਾਉਣ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਵਾਂ, ਡੋਰ ਟੂ ਡੋਰ ਕੰਪੇਨ ਕਰ ਰਹੇ ਹੈਗੇ ਆ। ਜੇ ਆਪਾਂ ਦੂਜੇ ਪਾਸੇ ਦੀ ਗੱਲ ਕਰਦੇ ਹਾਂ, ਅਮਨ, ਮੈਂ ਕਹੂੰਗਾ ਦੂਜੇ ਪਾਸੇ ਜ਼ਰੂਰ ਇਹਦਾ ਕੈਮਰਾ ਮਾਰਿਆ ਜਾਵੇ, ਕਿਤੇ ਨਾ ਕਿਤੇ ਵਿਰੋਧ ਤਾਂ ਵੀ ਬੜੀ ਵੱਡੀ ਪੱਧਰ 'ਤੇ ਵਿਖਾਈ ਦੇ ਰਹੀ ਆ। ਜੇ ਇੱਕ ਪਾਸੇ ਬੀਬਾ ਅੰਮ੍ਰਿਤਾ ਵੜਿੰਗ ਪ੍ਰਚਾਰ ਕਰਨ ਵਾਸਤੇ ਅੱਗੇ ਆਈ ਹੈਗੀ ਆ, ਅਤੇ ਦੂਜੇ ਪਾਸੇ ਵੇਖ ਸਕਦੇ ਹਾਂ ਕਾਲੀਆਂ ਝੰਡੀਆਂ ਨਾਲ ਵਿਰੋਧ, ਸਰਕਾਰ ਦਾ ਵਿਰੋਧ। ਜੇ ਅਕਾਲੀ ਦਲ ਬਾਦਲ ਨੂੰ ਕਿਹਾ ਜਾਂਦਾ ਹੈਗਾ ਵਾ, ਘੇਰਿਆ ਜਾਂਦਾ ਵਾ ਇਸ ਟਾਈਮ ਦੇ ਉੱਤੇ, ਸਰਕਾਰ ਨੂੰ ਵੀ ਗੱਲ ਦਾ ਕਾਰਜਭਾਰ ਜਿਹੜਾ ਕੀਤਾ ਹੈਗਾ ਵਾ, ਇੱਕ ਪਾਸੇ ਕਾਂਗਰਸ ਦੀਆਂ ਝੰਡੀਆਂ, ਦੂਜੇ ਪਾਸੇ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ, ਵੇਖ ਸਕਦੇ ਹਾਂ ਇਸ ਟਾਈਮ ਦੇ ਉੱਤੇ ਰੂਟ ਬਦਲ ਲਿਆ ਗਿਆ ਵਾ, ਰੂਟ ਬੀਬਾ ਅੰਮ੍ਰਿਤਾ ਵੜਿੰਗ ਨੇ ਇਸ ਟਾਈਮ ਬਦਲਿਆ ਵਾ। ਦਾਅਵੇਦਾਰੀਆਂ ਸਾਡੀਆਂ ਬਹੁਤ ਵੱਡੀਆਂ ਹੁੰਦੀਆਂ ਵਾ, ਜਦੋਂ ਸਾਡੀਆਂ ਸਰਕਾਰਾਂ ਬਣਦੀਆਂ ਹੈਗੀਆਂ ਵਾ, ਬੜੀਆਂ ਵੱਡੀਆਂ ਦਾਅਵੇਦਾਰ ਕੀਤੇ। ਇਸ ਰੋਡ ਦੇ ਉੱਤੇ ਅੰਮ੍ਰਿਤਾ ਵੜਿੰਗ ਦਾ ਜੋ ਕਾਫਲਾ ਚੱਲਿਆ ਸੀ, ਕੇਵਲ ਕੁਛ ਕਦਮਾਂ ਦੇ ਉੱਤੇ ਆਣ ਕੇ ਰੋਕ ਲਿਆ ਗਿਆ। ਅੰਮ੍ਰਿਤਾ ਵੜਿੰਗ, ਜਿਹਨੂੰ ਕਿ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਨਾਅਰੇ ਲਗਾਏ ਜਾ ਰਹੇ ਆ, ਵੇਖ ਸਕਦੇ ਹਾਂ ਅੰਮ੍ਰਿਤਾ ਵੜਿੰਗ ਦੇ ਕਾਫਲੇ ਨੂੰ ਆਪਣਾ ਰੂਟ ਬਦਲਣਾ ਪਿਆ। ਬੇਸ਼ੱਕ ਇੱਕ ਧਾਕੜ ਪ੍ਰਚਾਰਕ, ਜਿਹੜੀ ਕਿ ਬੀਬੀ ਇਸ ਟਾਈਮ ਦੇ ਉੱਤੇ ਆਪਣਾ ਪ੍ਰਚਾਰ ਇਸ ਰੋਡ 'ਤੇ ਕਰਨਾ ਚਾਹੁੰਦੀ ਸੀ, ਆਪਣਾ ਰੂਟ ਬਦਲ ਕੇ ਅੰਮ੍ਰਿਤਾ ਵੜਿੰਗ ਨੂੰ ਦੂਜੇ ਪਾਸੇ ਜਾਣਾ ਪੈ ਰਿਹਾ। ਇੱਕ ਪਾਸੇ ਕਾਲੀਆਂ ਝੰਡੀਆਂ ਦਿਖਾਈਆਂ ਦੇ ਰਹੀਆਂ ਹੈਗੀਆਂ ਵਾ, ਪ੍ਰਸ਼ਾਸਨ ਨੇ ਇਹਨਾਂ ਨੂੰ ਰੋਕ ਲਿਆ ਵਾ। ਆਪਾਂ ਗੱਲਬਾਤ ਕਰਾਂਗੇ, ਕੌਣ ਹੈਗੇ ਆ ਜਿਹੜੇ ਇਸ ਟਾਈਮ ਦੇ ਉੱਤੇ ਕਾਲੀਆਂ ਝੰਡੇ ਨਾਲ ਵਿਰੋਧ ਕੀਤਾ ਜਾ ਰਿਹਾ? ਕੀ ਸ਼ਬਨਾ ਭੈਣ ਜੀ ਤੁਹਾਡਾ? ਸਾਡਾ ਜੀ, ਇਹਨਾਂ ਨੇ 1500 ਰੁਪਇਆ ਵਧਾਇਆ ਸੀ, ਉਹਦੇ ਵਿੱਚੋਂ ਹੈਗੇ ਕਿਹੜੇ? ਆਂਗਨਵਾੜੀ ਆ ਜੀ, ਹਰਗੋਬਿੰਦ ਭੈਣ ਜੀ ਦਾ ਸੈੱਟ। ਤੁਸੀਂ ਕਿਹਦਾ ਵਿਰੋਧ ਕਰਨ ਵਾਸਤੇ ਆਏ ਗਾ, ਸਰਕਾਰ ਦਾ ਵਿਰੋਧ? ਹਾਂਜੀ, ਸਰਕਾਰ ਦਾ ਕਰਨ ਆਇਆ ਜੀ। ਇਹਨਾਂ ਨੇ ਸਾਡਾ 1500 ਰੁਪਇਆ ਵਧਾ ਕੇ ਜੀ ਸਾਨੂੰ 900 ਰੁਪਇਆ ਹੀ ਦੇਣ ਲਈ ਤਿਆਰ ਨੇ, 600 ਰੁਪਇਆ ਜਿਹੜਾ ਸਾਡਾ ਉਹ ਆਪਣੇ ਜੇਬਾਂ ਵਿੱਚ ਪਾ ਰਹੇ ਨੇ ਜੀ, ਇਸ ਕਰਕੇ ਅਸੀਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਇਹ ਸਾਰੇ ਆਂਗਨਵਾੜੀ ਵਰਕਰ? ਹਾਂਜੀ, ਇਹ ਸਾਰੇ ਆਂਗਨਵਾੜੀ ਵਰਕਰ ਨੇ ਭੈਣ ਜੀ ਹਰਗੋਬਿੰਦ ਸਿੰਘ ਜੀ ਦੇ। ਵੱਖੋ ਵੱਖਰੇ ਜ਼ਿਲ੍ਹਿਆਂ ਤੋਂ ਆਏ ਹੈਗੇ ਕਿ ਬਠਿੰਡੇ ਹਲਕੇ ਤੋਂ ਤੁਸੀਂ ਸਾਰੇ? ਨਹੀਂ ਜੀ, ਅਸੀਂ 10 ਜ਼ਿਲ੍ਹਿਆਂ ਤੋਂ ਇਕੱਠੇ ਹੋਏ ਹਾਂ ਜੀ ਇੱਥੇ। ਤੁਹਾਡਾ ਕੀ ਸ਼ਬਨਾਮ ਜੀ? ਇਹੀ ਸਰਵੰਦ ਹੈ ਜੀ ਬਸ। ਕੀ ਨਾਮ ਤੁਹਾਡਾ? ਸਵਰਨਜੀਤ ਕੌਰ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਆਏ ਹਾਂ ਮੋਗਾ ਬਲਾਕ ਤੋਂ। ਬਿਲਕੁਲ ਜੀ, ਇਸ ਟਾਈਮ ਦੇ ਉੱਤੇ ਵੇਖ ਸਕਦੇ ਹਾਂ ਜਿਹੜਾ ਕਿ ਅੰਮ੍ਰਿਤਾ ਵੜਿੰਗ ਵੱਲੋਂ ਰੋਡ ਸ਼ੋਅ ਕੱਢਿਆ ਜਾਣਾ ਸੀ, ਪ੍ਰਚਾਰ ਕਰਨਾ ਸੀ, ਇਹੋ ਰੋਡ ਹੈਗਾ ਵਾ ਜਿਹਦੇ ਉੱਤੇ ਅੰਮ੍ਰਿਤਾ ਵੜਿੰਗ ਨੇ ਆਉਣਾ ਸੀ। ਰਸਤਾ ਬਦਲਣਾ ਪੈਂਦਾ ਸਰਕਾਰਾਂ ਨੂੰ ਵੀ, ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਆਪਣੀ ਆਪਣੀ ਭੂਮਿਕਾ ਨਿਭਾ ਰਿਹਾ ਹੈਗਾ ਵਾ। ਅੰਮ੍ਰਿਤਾ ਵੜਿੰਗ ਆਪਣਾ ਰਸਤਾ ਬਦਲ ਕੇ ਦੂਜੇ ਪਾਸੇ ਚਲੇ ਗਏ ਹੈਗੇ ਆ। ਆਂਗਣਵਾੜੀ ਵਰਕਰਾਂ ਦਾ ਜ਼ੋਰਦਾਰ ਵਿਰੋਧ ਵੇਖ ਸਕਦੇ ਹਾਂ ਇਸ ਟਾਈਮ ਦੇ ਉੱਤੇ। ਇੱਕ ਪਾਸੇ ਕਾਰਗੁਜ਼ਾਰੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਸਾਡੀ ਸਰਕਾਰ ਨੇ ਇਹ ਕਾਰਗੁਜ਼ਾਰੀਆਂ ਕੀਤੀਆਂ ਹੈਗੀਆਂ ਵਾ, ਅਤੇ ਦੂਜੇ ਪਾਸੇ ਆਂਗਣਵਾੜੀ ਵਰਕਰ ਜਿਹੜੇ ਕਿ ਇਸ ਟਾਈਮ ਦੇ ਉੱਤੇ ਆਪਣੀ ਮੰਗਾਂ ਲੈ ਕੇ ਇੱਥੇ ਪਹੁੰਚੇ ਹੈਗੇ ਆ, ਮੰਗਾਂ ਮਨਾਉਣ ਵਾਸਤੇ ਗੱਲਬਾਤ ਕੀਤੀ ਜਾ ਰਹੀ ਆ। ਕੁਝ ਥੋੜ੍ਹੀਆਂ ਤਨਖਾਹਾਂ ਵਧਾ ਕੇ ਹੋਣ
ਬੁਲਾਰੇ ਆਪਣੇ ਪਤੀ ਵਾਸਤੇ ਪ੍ਰਚਾਰ ਕਰਨ ਵਾਸਤੇ ਨਿਕਲੇ ਸੀ, ਡੋਰ ਟੂ ਡੋਰ ਕੰਪੇਨ ਕਰਨ ਵਾਸਤੇ। ਰਸਤਾ ਲੋਕ ਰਹਿ ਗਿਆ ਆਂਗਨਵਾੜੀ ਵਰਕਰਾਂ ਵੱਲੋਂ ਅਤੇ ਉਹਨਾਂ ਨੂੰ ਆਪਣਾ ਰਸਤਾ ਬਦਲਣਾ ਪਿਆ ਵਾ। ਹੋਰ ਆਪਾਂ ਗੱਲਬਾਤ ਕਰਾਂਗੇ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸਰਜੀਤ ਕੌਰ ਜੀ, ਪਿੰਡ ਬੀੜ ਤਲਾ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਬੀੜ ਤਲਾ ਤੋਂ ਜੀ। ਕੀ ਮੰਗ ਸਰਕਾਰ ਨੂੰ? ਜੋ ਸਾਡੇ ਨਾਲ ਸਰਕਾਰ ਨੇ ਧੱਕਾ ਕੀਤਾ ਜੀ, ਸਾਡੇ ਨਾਲ ਵਾਅਦਾ ਕਰਕੇ, ਵਾਅਦਾ ਤੋਂ ਕਿਹੜਾ ਕੀਤਾ ਤੁਹਾਡੇ ਨਾਲ? ਸਾਡੇ ਨੂੰ 1500 ਰੁਪਈਆ ਦੇਣ ਦੀ ਬਜਾਏ ਸਾਨੂੰ 900 ਤੋਂ ਕੇਂਦਰ ਸਰਕਾਰ ਨੇ ਦਿੱਤਾ, 600 ਤੋਂ ਪੰਜਾਬ ਸਰਕਾਰ ਮੁੱਕਰ ਗਈ। ਅਸੀਂ ਇਸ ਦਾ ਰੱਜ ਕੇ ਵਿਰੋਧ ਕਰਦੇ ਹਾਂ। ਬੀਬਾ ਅਮ੍ਰਿਤਾ ਵੜਿੰਗ ਨੇ ਆਪਣਾ ਰਸਤਾ ਬਦਲ ਲਿਆ, ਵਾਇਸ ਰੋਡ ਦੇ ਉੱਤੇ ਆਉਣਾ ਸੀ, ਕੀ ਲੱਗਦਾ ਤੁਹਾਨੂੰ? ਉਹ ਤੁਹਾਡੀ ਗੱਲ ਸੁਣਨ ਵਾਸਤੇ ਨਹੀਂ ਪਹੁੰਚੇ? ਨਹੀਂ ਪਹੁੰਚਿਆ ਤਾਂ ਜੀ, ਜਿਸ ਤਰ੍ਹਾਂ ਅਸੀਂ ਪਹਿਲਾਂ ਬਾਦਲਾਂ ਨੂੰ ਨਹੀਂ ਬੋਲਣ ਦਿੱਤਾ ਸਟੇਜ 'ਤੇ, ਅੱਜ ਅਸੀਂ ਅਮ੍ਰਿਤਾ ਵਿਰਕ ਨੂੰ ਵੀ ਬੋਲਣ ਨਹੀਂ ਦੇਵਾਂਗੇ। ਬਿਲਕੁਲ ਜੀ, ਜਿਵੇਂ ਕਹਿ ਰਿਹਾ ਕਿ ਜੇ ਬਾਦਲਾਂ ਨੂੰ ਸਟੇਜ 'ਤੇ ਨਹੀਂ ਸੀ ਬੋਲਣ ਦਿੱਤਾ ਜਾਂਦਾ, ਇਹ ਸਰਕਾਰਾਂ ਦੀ ਬੋਲਤੀ ਬੰਦ ਕਰਨ ਦੀ ਵੀ ਗੱਲਬਾਤ ਕਰਨ ਰਹਿ ਗਿਆ। ਹੋਰ ਵੀ ਸਾਡੇ ਨਾਲ ਆਂਗਣਵਾੜੀ ਵਰਕਰ ਇੱਥੇ ਪਹੁੰਚੇ ਹੈਗੇ ਆ। ਕੀ ਨਾਮ ਬੀਬੀ ਤੁਹਾਡਾ? ਹਲਵਿੰਦਰ ਕੌਰ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਮੋਗਾ ਡਿਸਟ੍ਰਿਕਟ। ਮੋਗੇ ਤੋਂ ਆਏ ਹੈਗੇ ਆ, ਕੀ ਮੁੱਖ ਮੰਗ ਹੈਗੀ ਤੁਹਾਡੀ? ਸਾਡੀ ਮੁੱਖ ਮੰਗ ਇਹ ਆ, ਜਿਹੜਾ ਮਤਲਬ ਪਿੱਛੇ ਸੈਂਟਰ ਸਰਕਾਰ ਨੇ ਸਾਡੇ ਪੇ ਦੇ ਵਿੱਚ ਵਾਧਾ ਕੀਤਾ ਸੀ, ਉਹਦੇ ਵਿੱਚੋਂ 60-40 ਦਾ ਸ਼ੇਅਰ ਹੁੰਦਾ ਗਾ, ਜਿਹੜਾ 40% ਪੰਜਾਬ ਸਰਕਾਰ ਨੇ ਦਿੱਤਾ ਸੀ ਉਹ ਇਹਨਾਂ ਨੇ ਕੱਟ ਲਿਆ, ਬਾਕੀ ਜਿਹੜੇ ਸਾਡੇ ਸੈਂਟਰਾਂ ਦੇ ਬੱਚੇ ਉਹ ਸਾਨੂੰ ਵਾਪਸ ਕੀਤਾ। ਸਰਕਾਰ ਇਸ ਟਾਈਮ 'ਤੇ ਇਲੈਕਸ਼ਨ ਆਈ ਹੈਗੀ ਆ, ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਆਂਗਣਵਾੜੀ? ਨਹੀਂ, ਸੋਚਾ ਹੋਈ ਸੀ ਗੱਲਬਾਤ ਪਰ ਉਹ ਸਫਲ ਨਹੀਂ ਹੋਈ। ਇਸ ਟਾਈਮ ਵਿਰੋਧ ਤੁਸੀਂ ਕਿਹਦਾ ਕਰਨ ਵਾਸਤੇ ਆਏ ਹੈਗੇ ਆ? ਇੱਥੇ ਜਿਹੜਾ ਸਾਡਾ 600 ਰੁਪਇਆ ਕੱਟਿਆ, ਵਿਰੋਧ ਕਿਹਦਾ ਕਰਨ ਵਾਸਤੇ ਆਏ ਹੈਗੇ? ਅਤੇ ਬੀਬੀ ਅਮ੍ਰਿਤਾ ਵੜਿੰਗ ਜਿਹੜੀ ਕਿ ਥੋੜ੍ਹੀ ਦੇਰ ਤੱਕ ਪਹੁੰਚਣ ਵਾਲੀ ਹੈ? ਨਹੀਂ, ਅਸੀਂ ਆਪਣੇ ਕਾਂਗਰਸ ਸਰਕਾਰ। ਹਾਂਜੀ ਬਿਲਕੁਲ ਜੀ, ਇਹ ਜੋ ਵਰਕਰ ਹੈਗੇ ਆ ਆਂਗਣਵਾੜੀ ਵਰਕਰ, ਜਿਨ੍ਹਾਂ ਨੇ ਇੱਕ ਵਾਅਦਾ ਕੀਤਾ ਗਿਆ ਸੀ ਉਹ ਸਰਕਾਰ ਵੱਲੋਂ ਵਾਅਦਾ ਵਫਾ ਨਹੀਂ ਕੀਤਾ ਗਿਆ, ਇਹ ਸਾਰੇ ਅੱਗੇ ਨੂੰ ਕੂਚ ਕਰਨ ਦੀ ਤਿਆਰੀ ਕਰ ਰਹੇ ਆ। ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹਾਂ, ਇੱਕ ਪਾਸਿਓਂ ਜੇ ਕੈਮਰੇ ਦੀ ਬੈਕ ਸਾਈਡ 'ਤੇ ਮੈਂ ਕਹੂੰਗਾ ਉਧਰਲਾ ਪਾਸਾ ਦਿਖਾਇਆ ਜਾਵੇ, ਜਿੱਥੋਂ ਕਿ ਬੀਬਾ ਅਮ੍ਰਿਤਾ ਵੜਿੰਗ ਦਾ ਕਾਫਲਾ ਇੱਧਰ ਆਉਣਾ ਸੀ, ਪਰ ਆਂਗਣਵਾੜੀ ਵਰਕਰਾਂ ਨੇ ਅੱਗੇ ਚੌਂਕ ਦੇ ਵਿੱਚ ਮੁਜ਼ਾਹਰਾ ਕੀਤਾ ਹੈਗਾ ਵਾ ਆਪਣੀਆਂ ਮੰਗਾਂ ਮਨਾਉਣ ਵਾਸਤੇ। ਕਾਲੀਆਂ ਝੰਡੀਆਂ, ਕਾਲੀਆਂ ਚੁੰਨੀਆਂ ਲੈ ਕੇ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈਗਾ ਵਾ ਅਮ੍ਰਿਤਾ ਵੜਿੰਗ, ਜਿਹੜੀ ਕਿ ਇਸ ਟਾਈਮ 'ਤੇ ਗਲੀਆਂ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਨਿਕਲ ਚੁੱਕੇ ਆ, ਅਤੇ ਚੌਂਕ ਤੋਂ ਜਿਹੜਾ ਕਿ ਆਂਗਣਵਾੜੀ ਵਰਕਰ ਇਸ ਟਾਈਮ ਦੇ ਉੱਤੇ ਆਪਣੇ ਮੰਗਾਂ ਰੱਖ ਰਹੇ ਆ, ਅਤੇ ਕਾਫਲਾ ਇਹਨਾਂ ਦਾ ਜਿਹੜਾ ਅੱਗੇ ਵੱਧ ਰਿਹਾ ਹੈਗਾ ਵਾ। ਰਾਜਾ ਵੜਿੰਗ ਦਾ ਬਹੁਤ ਵੱਡਾ ਵਿਰੋਧ, ਜੇ ਇੱਕ ਪਾਸੇ ਰਾਜਾ ਵੜਿੰਗ ਕਹਿ ਰਿਹਾ ਗਿਆ ਜਿੱਤ ਦਾ ਦਾਵਾ ਲੱਖਾਂ ਦਾ, ਦੂਜੇ ਪਾਸੇ ਆਂਗਣਵਾੜੀ ਵਰਕਰ ਜਿਹੜੇ ਕਿ ਬਹੁਤ ਵੱਡਾ ਵਿਰੋਧ ਕਰ ਰਹੇ ਹੈਗੇ ਆ। ਆਪਾਂ ਗੱਲਬਾਤ ਕਰਾਂਗੇ ਹੋਰ ਬੀਬੀ ਨਾਲ। ਬੀਬੀ ਕੀ ਨਾਮ ਤੁਹਾਡਾ? ਜਸਵੀਰ ਕੌਰ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਨਸੀਬਪੁਰੇ ਤੋਂ, ਤਲਵੰਡੀ। ਕੀ ਲੱਗਦਾ ਤੁਹਾਨੂੰ ਸਰਕਾਰਾਂ ਗੱਲਾਂ ਕਰਕੇ ਕਿਉਂ ਨਹੀਂ ਪੂਰਾ ਕਰਦੀਆਂ ਵਾਅਦੇ ਕਰਕੇ? ਸਰਕਾਰਾਂ ਮੁੱਕਰ ਜਾਂਦੀਆਂ ਵਾਅਦੇ ਕਰਕੇ। ਕੀ ਨਾਮ ਤੁਹਾਡਾ ਜੀ? ਭਿੰਦਰ ਕੌਰ ਜੀ। ਤੁਸੀਂ ਕਿੱਥੋਂ ਆਏ? ਅਸੀਂ ਉੱਥੇ ਆਏ ਜਿੱਥੇ ਵਰਕਰ। ਕੀ ਮੰਗ ਹੈਗੀ ਤੁਹਾਡੀ ਮੇਨ? ਬਸ ਸਾਡੇ 600 ਕੱਟ ਲਿਆ ਇਹਨਾਂ ਨੇ ਦੇ ਕੇ ਸਾਨੂੰ ਹਰ ਮੰਥ ਦਾ, ਹਰ ਮਹੀਨੇ ਦਾ। ਹਾਂ ਹਾਂ ਬਿਲਕੁਲ ਜੀ, ਇਹ ਸਰਕਾਰਾਂ ਦੇ ਵਿਰੋਧ ਦੇ ਵਿੱਚ ਕਾਫਲਾ ਜਾ ਰਿਹਾ ਹੈਗਾ ਵਾ। ਜੇ ਡੋਰ ਟੂ ਡੋਰ ਕੰਪੇਨ ਦੀ ਬੀਬਾ ਅਮ੍ਰਿਤਾ ਵੜਿੰਗ ਗੱਲ ਕਰ ਰਹੇ ਸੀ, ਕਿਤੇ ਨਾ ਕਿਤੇ ਉਹਨਾਂ ਦਾ ਜਿਹੜੇ ਵਰਕਰ ਸੀ ਉਹ ਡੋਰ ਟੂ ਡੋਰ ਆਉਣਾ ਚਾਹੁੰਦੇ ਸੀ, ਦੂਜੇ ਪਾਸਿਓਂ ਆਂਗਣਵਾੜੀ ਵਰਕਰ ਜਿਹੜੇ ਇਲਜ਼ਾਮ ਲਾ ਰਹੇ ਸਰਕਾਰ ਦੇ ਉੱਤੇ ਕਿ ਸਾਡਾ 600 ਰੁਪਈਆ ਇਹ ਸਰਕਾਰ ਨੇ ਕੱਟ ਲਿਆ, ਇੱਕ ਬਹੁਤ ਵੱਡਾ ਜ਼ਬਰਦਸਤ ਵਿਰੋਧ। ਇੱਕ ਪਾਸੇ ਅਮ੍ਰਿਤਾ ਵੜਿੰਗ ਜਿਹੜੇ ਕਿ ਡੋਰ ਟੂ ਡੋਰ ਕੰਪੇਨ ਕਰ ਰਹੇ ਹੈਗੇ ਆ, ਇੱਕ ਪਾਸੇ ਬੀਬਾ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਥੋੜ੍ਹੀ ਦੇਰ ਤੱਕ ਇੱਥੋਂ ਰੋਡ ਸ਼ੋਅ ਕਰਨਾ ਹੈਗਾ ਵਾ, ਦੂਜੇ ਪਾਸੇ ਇੱਕ ਕਾਂਗਰਸੀ ਵਰਕਰਾਂ ਦਾ ਜੰਮ ਕੇ ਵਿਰੋਧ ਆਂਗਣਵਾੜੀ ਦੇ ਜਿਹੜੇ ਇਹ ਵਰਕਰ ਹੈਗੇ ਆ ਇਹ ਕਰ ਰਹੇ ਹੈਗੇ ਆ। ਹੋਰ ਵੀ ਬੀਬੀਆਂ ਸਾਡੇ ਨਾਲ ਹੈਗੀਆਂ। ਬੀਬੀ ਜੀ ਕੀ ਨਾਮ ਤੁਹਾਡਾ? ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਕਾਂਤਾ ਦੇਵੀ ਹਾਂ, ਮੈਂ ਉੱਧਰੋਂ ਆਈ ਹਾਂ ਜੀ, ਡੱਬਵਾਲੀ ਪਿੰਡ ਤੋਂ। ਡੱਬਵਾਲੀ ਤੋਂ? ਕੀ ਮੰਗ ਹੈਗੀ ਤੁਹਾਡੀ? ਸਾਡੇ ਪਾਸ ਜਿਹੜੇ ਪੈਸੇ ਵਧਾਉਣੇ ਸੀ ਉਹ ਵਧਾਏ ਨਹੀਂ ਕਾਂਗਰਸ ਸਰਕਾਰ ਨੇ, ਇਸ ਲਈ ਅਸੀਂ ਕਿਹਨੂੰ ਪਾਓਗੇ ਹੁਣ ਵੋਟਾਂ? ਅਸੀਂ ਬਸ, ਸਾਨੂੰ ਪਤਾ ਜਿੱਥੇ ਪਾਣੀ ਆ ਸਾਨੂੰ ਪਾਉਣੀ। ਤੁਸੀਂ ਕਾਂਗਰਸ ਨੂੰ ਪਾਉਣੀ ਜਾਂ ਮੋਦੀ ਨੂੰ ਪਾਉਣੀ? ਕਾਂਗਰਸ ਤਾਂ ਬਿਲਕੁਲ ਨਹੀਂ ਪਾਣੀ। ਫਿਰ ਮੋਦੀ ਨੂੰ ਪਾਓਗੇ? ਉਹ ਵੀ ਨਹੀਂ ਪਤਾ ਸਾਡਾ। ਬਿਲਕੁਲ ਜੀ, ਵੇਖਦੇ ਹਾਂ ਹੋਰ ਬੀਬੀਆਂ ਇੱਥੇ ਪਹੁੰਚਿਆ। ਕੀ ਸ਼ੁਭ ਨਾਮ ਬੀਬੀ ਤੁਹਾਡਾ? ਕੀ ਨਾਮ ਤੁਹਾਡਾ? ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ? ਬਰਨਾਲੇ ਤੋਂ ਆਏ ਹਾਂ ਜੀ। ਕੀ ਮੰਗ ਹੈਗੀ ਤੁਹਾਡੀ? ਤੁਸੀਂ ਇਸ ਟਾਈਮ ਕਾਲੀਆਂ ਝੰਡੀਆਂ ਦਿਖਾ ਰਹੇ ਹੋ। ਸਾਡੀ ਤਨਖਾਹ ਵਧਾਈ ਸੀ ਸਰਕਾਰ ਨੇ, ਦਿੱਲੀ ਸਰਕਾਰ ਨੇ, ਪਰ ਪੰਜਾਬ ਸਰਕਾਰ ਨੇ ਸਾਡੇ 'ਚ ਕਟੌਤੀ ਕਰ ਦਿੱਤੀ, ਉਸ ਦੇ ਸੰਬੰਧ 'ਚ ਅੱਜ ਸਾਡਾ ਰੈਲੀ ਕਰਨ 600 ਰੁਪਇਆ ਕੱਟ ਲਿਆ। ਜੋ ਚੰਗੀ ਸਰਕਾਰ ਕਿਹਨੂੰ ਕਹੋਗੇ? ਕੇਂਦਰ ਦੇ ਵਿੱਚ ਇਸ ਟਾਈਮ ਭਾਜਪਾ ਹੈਗੀਆਂ। ਕੇਂਦਰ ਸਰਕਾਰ, ਕੇਂਦਰ ਸਰ ਚੰਗੀ ਕਹੋਗੇ? ਸਰਕਾਰ ਆ ਹਾਂਜੀ। ਅੱਛਾ, ਕੇਂਦਰ ਨੇ ਤੁਹਾਨੂੰ ਪੈਸੇ ਦਿੱਤੇ ਹੈਗੇ ਤੇ ਪੰਜਾਬ ਸਰਕਾਰ? ਪੰਜਾਬ ਸਰਕਾਰ ਨਹੀਂ ਦੇ ਰਹੀ, ਪਰ ਉਹਨਾਂ ਦੇ ਵਿੱਚ ਕਟੌਤੀ ਕਰਕੇ ਦੇ ਰਹੇ ਨੇ। ਲੇਖੀਆਂ ਨੇ, ਪਰ ਇਹ ਗੁੰਡਾ ਰਾਜ ਹੈ, ਇਹਨਾਂ ਨੇ ਤਨਖਾਹਾਂ ਮੁਲਾਜ਼ਮਾਂ ਦੀਆਂ ਕੱਟੀਆਂ ਨੇ ਅੱਜ ਤੱਕ।
ਇਹਨਾਂ ਦਾ ਵੀਰ ਜੀ 40% ਹਿੱਸਾ ਪੰਜਾਬ ਸਰਕਾਰ ਨੇ ਪਾਉਣਾ, 60% ਸੈਂਟਰ ਨੇ ਪਾਉਣਾ। 40% ਪੰਜਾਬ ਸਰਕਾਰ ਨਹੀਂ ਦੇਣਾ ਜਿਹੜਾ ਮੁੱਕਰ ਗਈ ਪੰਜਾਬ ਸਰਕਾਰ। ਹਾਂ, ਸਾਡਾ 40% ਸ਼ੇਅਰ ਪੰਜਾਬ ਸਰਕਾਰ ਨੇ ਦੇਣਾ ਸੀ, ਜਿਹੜੀ ਕਿ ਆਪਦੇ ਵਾਅਦੇ ਤੋਂ ਮੁੱਕਰ ਗਈ। ਝੂਠੀ ਬੇਈਮਾਨ ਤੇ 420 ਕਰਨ ਵਾਲੀ ਸਰਕਾਰ ਹੈ ਕੈਪਟਨ ਸਰਕਾਰ। ਵਿਰੋਧ ਕਿੰਨਾ ਚਿਰ ਜਾਰੀ ਰਹੂਗਾ? ਜਦੋਂ ਤੱਕ ਸਾਡੀਆਂ ਮੰਗਾਂ ਮੰਨ ਲਈ ਪੂਰੀਆਂ ਹੁੰਦੀਆਂ, ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਸਾਡਾ ਸੰਘਰਸ਼ ਜਾਰੀ ਰਹੂਗਾ। ਪਰਮੀਤ ਕੌਰੀ, ਸੰਗਤ ਬਲਾਕ, ਸੰਗਤ ਬਲਾਕ ਜੀ। ਕੀ ਲੱਗਦਾ ਤੁਹਾਨੂੰ ਜਿਹੜੀ ਮੰਗ ਤੁਸੀਂ 40% ਤੁਹਾਡਾ ਕੱਟ ਲਿਆ ਗਿਆ ਕਹਿੰਦੇ ਪੰਜਾਬ ਸਰਕਾਰ ਨੇ ਦੇ ਨਹੀਂ ਰਹੀ, ਕਿੰਨਾ ਚਿਰ ਦਾ ਵਿਰੋਧ ਕਰੋਗੇ ਤੁਸੀਂ? ਜਿੰਨਾ ਚਿਰ ਮੰਗ ਪੂਰੀ ਨਹੀਂ ਹੁੰਦੀ ਜੀ ਵਿਰੋਧ ਜਾਰੀ ਰਹੂਗਾ। ਬਿਲਕੁਲ ਜੀ, ਆਂਗਣਵਾੜੀ ਵਰਕਰਾਂ ਜੀ ਜਿਨ੍ਹਾਂ ਨੇ ਬਾਜਦਣ ਬਾਦਲ ਵੇਲੇ ਜੇਲ੍ਹ ਕੱਟੀ ਹੈ, ਨੌ ਮਹੀਨੇ ਅਸੀਂ ਲਗਾਤਾਰ ਪਹਿਲਾਂ ਪ੍ਰਦਰਸ਼ਨ ਕੀਤਾ, ਹੁਣ ਵੀ ਅਸੀਂ ਪਿੱਛੇ ਨਹੀਂ ਹਟਦੀਆਂ। ਹਮੇਸ਼ਾ ਪ੍ਰਦਰਸ਼ਨ ਕਰਕੇ ਕਿਉਂ ਪੰਜਾਬ ਦੀ ਨੌਜਵਾਨੀ ਰੋਲਿਆ ਜਾ ਰਿਹਾ? ਧੀਆਂ ਭੈਣਾਂ ਦੀ ਬੇਇੱਜ਼ਤੀਆਂ ਕੀਤੀਆਂ ਜਾਂਦੀਆਂ, ਫਿਰ ਸਰਕਾਰ ਨੂੰ ਵੋਟਾਂ ਪਾ ਕੇ ਸਰਕਾਰਾਂ ਬਣਾ ਦਿੰਦੇ ਆ, ਪਰ ਕੰਮ ਉਹੋ ਹੀ ਫੇਰ ਰਹਿੰਦੇ ਆ ਭਾਵੇਂ। ਹਾਂਜੀ, ਕੰਮ ਉਹੀ ਹੈਗਾ ਸਰਕਾਰ, ਪਰ ਲੋਕਾਂ ਨੂੰ ਜਾਗਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਸੀ ਆਂਗਣਵਾੜੀ ਵਰਕਰ। ਆਪਾਂ ਆਂਗਣਵਾੜੀ ਵਰਕਰਾਂ ਜਿਹੜੇ ਕਿ ਵਿਰੋਧ ਕਰ ਰਹੇ ਹਾਂ, ਆਪਾਂ ਇਸ ਪਾਸੇ ਵੇਖਦੇ ਹੈਗੇ ਹਾਂ। ਇੱਥੋਂ ਬੀਬੀ ਅੰਮ੍ਰਿਤਾ ਵੜਿੰਗ ਦਾ ਜਿਹੜਾ ਕਿ ਕਾਫਲਾ ਇਸ ਰੂਟ ਨੂੰ ਪੈ ਚੁੱਕਾ ਵਾ, ਇੱਕ ਬੜਾ ਜ਼ਬਰਦਸਤ ਵਿਦਰੋਹ ਜਿਹੜਾ ਕਿ ਆਂਗਣਵਾੜੀ ਵਰਕਰਾਂ ਨੇ ਕੀਤਾ ਹੈਗਾ ਵਾ। ਆਂਗਣਵਾੜੀ ਵਰਕਰਾਂ ਨੂੰ ਰੋਕਣ ਵਾਸਤੇ ਬੀਬਾ ਹਰ ਅੰਮ੍ਰਿਤਾ ਵੜਿੰਗ ਵਾਲੇ ਪਾਸੇ ਨਾ ਪਹੁੰਚਣ, ਇਸ ਟਾਈਮ 'ਤੇ ਤਾਂ ਪ੍ਰਸ਼ਾਸਨ ਇਸ ਟਾਈਮ ਖੜ੍ਹਾ ਹੈਗਾ ਵਾ। ਜੇ ਆਪਾਂ ਪਿੱਛੇ ਝੰਡਿਆਂ ਦੀ ਗੱਲ ਕਰਦੇ ਹਾਂ, ਇਸ ਪਾਸੇ ਬੀਬਾ ਅੰਮ੍ਰਿਤਾ ਵੜਿੰਗ ਦਾ ਕਾਫਲਾ ਗਿਆ ਹੈਗਾ। ਜੇ ਆਪਾਂ ਖੱਬੇ ਪਾਸੇ ਦੀ ਗੱਲ ਕਰਦੇ ਹਾਂ ਤਾਂ ਇਸ ਪਾਸੇ ਉਹ ਵਰਕਰ ਜਿਹੜੇ ਆਂਗਣਵਾੜੀ ਵਰਕਰ ਆ, ਅਜੇ ਫਿਰ ਇੱਥੇ ਮੁੜ ਕੇ ਵਾਪਸ ਆ ਚੁੱਕੇ ਆ। ਲੱਗਦਾ ਕਿ ਅੰਮ੍ਰਿਤਾ ਵੜਿੰਗ ਦਾ ਘੇਰਾ ਟਾਈਟ ਕਰ ਦਿੱਤਾ ਇਹਨਾਂ ਵਰਕਰਾਂ ਨੇ, ਆਂਗਣਵਾੜੀ ਵਰਕਰਾਂ ਨੇ। ਮੰਗ ਹੈਗੀ ਆ ਕਿ ਸਾਡਾ ਜਿਹੜਾ 40% ਪੰਜਾਬ ਸਰਕਾਰ ਨਹੀਂ ਦੇ ਰਹੀ, ਕਿਉਂ ਨਹੀਂ ਦੇ ਰਹੀ? ਜੇ ਕੇਂਦਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਸਾਨੂੰ ਦੇ ਰਹੀ ਹੈਗੀ ਆ, ਪੰਜਾਬ ਸਰਕਾਰ ਕਿਉਂ ਨਹੀਂ ਦੇ ਰਹੀ? ਵੇਖਦੇ ਹਾਂ। ਅੰਮ੍ਰਿਤਾ ਵੜਿੰਗ ਦਾ ਕਾਫਲਾ ਦੂਜੀ ਸਾਈਡ ਨਿਕਲ ਚੁੱਕਾ ਹੈਗਾ ਵਾ, ਇਧਰਲੇ ਪਾਸੇ ਵਾਪਸ ਆ ਚੁੱਕਾ ਫਿਰ ਕਾਫਲਾ ਜਿਹੜਾ ਕਿ ਆਂਗਣਵਾੜੀ ਵਰਕਰਾਂ ਦਾ। ਅੰਮ੍ਰਿਤਾ ਵੜਿੰਗ ਮਿਲਦੇ ਹੈਗੇ ਆ ਕਾਫਲੇ ਨੂੰ ਜਾਂ ਇੱਕ ਸਾਈਡ 'ਤੇ ਨਿਕਲਦੇ ਆ, ਵੇਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਹੋ ਹੀ ਜਗ੍ਹਾ ਹੈਗੀ ਆ ਜਿੱਥੇ 10 ਮਿੰਟ ਪਹਿਲਾਂ ਅੰਮ੍ਰਿਤਾ ਵੜਿੰਗ ਦਾ ਕਾਫਲਾ ਨਿਕਲਿਆ ਹੈਗਾ ਵਾ। ਪ੍ਰਸ਼ਾਸਨ ਪੱਬਾਂ ਭਾਰ ਆ, ਕਿਤੇ ਇਹ ਕਾਫਲਾ ਅੰਮ੍ਰਿਤਾ ਵੜਿੰਗ ਵਾਲੇ ਪਾਸੇ ਨਾ ਪਹੁੰਚ ਸਕੇ। ਚਾਰ ਚੁਫੇਰੇ ਪ੍ਰਸ਼ਾਸਨ ਪੱਬਾਂ ਭਾਰ ਹੋ ਚੁੱਕਾ ਵਾ, ਸਰਕਾਰ ਦਾ ਜ਼ਬਰਦਸਤ ਵਿਰੋਧ। ਜਿਹੜੇ ਚੌਂਕ ਦੇ ਵਿੱਚੋਂ 10-15 ਮਿੰਟ ਪਹਿਲਾਂ ਬੀਬਾ ਅੰਮ੍ਰਿਤਾ ਵੜਿੰਗ ਚੱਲੇ ਹੈਗੇ ਆ, ਉਸ ਜਗ੍ਹਾ ਦੇ ਉੱਤੇ ਆਂਗਣਵਾੜੀ ਵਰਕਰਾਂ ਦਾ ਵਿਦਰੋਹ ਵੇਖਣ ਨੂੰ ਮਿਲ ਰਿਹਾ। ਗੱਲਬਾਤ ਕਰਾਂਗੇ ਆਪਾਂ ਬੀਬਾ ਅੰਮ੍ਰਿਤਾ ਵੜਿੰਗ ਨਾਲ ਵੀ ਥੋੜ੍ਹੀ ਦੇਰ ਤੱਕ, ਕੋਸ਼ਿਸ਼ ਕਰਾਂਗੇ ਮਿਲਣ ਦੀ। ਬੀਬਾ ਅੰਮ੍ਰਿਤਾ ਵੜਿੰਗ ਨੂੰ ਕਿਉਂ ਨਹੀਂ ਮੰਗਾਂ ਮੰਨੀਆਂ ਜਾਂਦੀਆਂ ਸਰਕਾਰਾਂ ਵੱਲੋਂ? ਕਿਉਂ ਨਹੀਂ ਵਾਅਦੇ ਵਫਾ ਕੀਤੇ ਜਾਂਦੇ? ਕਿਉਂ ਨੌਜਵਾਨੀ ਨੂੰ, ਕਿਉਂ ਇਹਨਾਂ ਧੀਆਂ ਭੈਣਾਂ ਨੂੰ, ਮਾਵਾਂ ਨੂੰ ਸੜਕਾਂ 'ਤੇ ਰੋਲਿਆ ਜਾਂਦਾ? ਕਿਉਂ ਗਰਮੀ ਦੇ ਵਿੱਚ ਜੇ ਉੱਪਰ ਤਪਸ਼ ਇੰਨੀ ਹੈਗੀ ਆ, ਇਹਨਾਂ ਭੈਣਾਂ ਨੂੰ ਕਿਉਂ ਇਹਨਾਂ ਰੋਡਾਂ 'ਤੇ ਆਣ ਕੇ ਕਾਲੀਆਂ ਝੰਡੀਆਂ ਸਰਕਾਰਾਂ ਨੂੰ ਦਿਖਾਉਣੀਆਂ ਪੈਂਦੀਆਂ? ਬਠਿੰਡੇ ਦੀ ਧਰਤੀ ਤੋਂ ਇਸ ਟਾਈਮ ਫਿਰ ਤੁਹਾਨੂੰ ਜੋੜ ਰਹੇ ਹਾਂ। ਬਠਿੰਡੇ ਦੇ ਵਿੱਚ ਵੇਖਿਆ ਸੀ ਵੱਡਾ ਵਿਦਰੋਹ, ਇੱਕ ਪਾਸੇ ਬੀਬਾ ਅੰਮ੍ਰਿਤਾ ਵੜਿੰਗ ਦਾ ਕਾਫਲਾ ਜਾ ਰਿਹਾ ਹੈਗਾ ਵਾ, ਦੂਜੇ ਪਾਸੇ ਆਂਗਣਵਾੜੀ ਵਰਕਰ ਜਿਹੜੇ ਹੈਗੇ ਆ ਉਹ ਆਪਣਾ ਵਿਦਰੋਹ ਕਰ ਰਹੇ ਆ, ਕਾਲੀਆਂ ਝੰਡੀਆਂ ਸਰਕਾਰ ਨੂੰ ਵਿਖਾ ਰਹੇ ਆ। ਕੇਂਦਰ ਸਰਕਾਰ ਤੋਂ ਵੀ ਗਿਲਾ ਅਤੇ ਪੰਜਾਬ ਸਰਕਾਰ ਤੋਂ ਵੀ ਗਿਲਾ, ਕਿਹੜੀ ਸਰਕਾਰ ਅੱਗੇ ਆਊਗੀ, ਕਿਹੜੇ ਆਪਣੇ ਵਾਅਦੇ ਵਫਾ ਕਰੂਗੀ? 15 ਲੱਖ ਦਾ ਵਾਅਦਾ ਕੀਤਾ ਜਾਂਦਾ, ਵਫਾ ਨਹੀਂ ਹੁੰਦਾ। 72,000 ਦਾ ਵਾਅਦਾ ਕਰਕੇ ਸ਼ਾਇਦ ਰਾਹੁਲ ਗਾਂਧੀ ਜੀ ਸੱਤਾ ਹਾਸਲ ਕਰਦੇ ਆ, ਜਾਂ ਇਹ ਵਾਅਦੇ ਹੀ ਰਹਿ ਜਾਣਗੇ, ਵਾਅਦੇ ਵਫਾ ਨਹੀਂ ਕੀਤੇ ਜਾਂਦੇ। ਪਰ ਇੱਥੋਂ ਦੇ ਬਠਿੰਡੇ ਦੇ ਨਿਵਾਸੀਆਂ ਨਾਲ ਗੱਲਬਾਤ ਕਰਦੇ ਹਾਂ, ਕਿਵੇਂ ਦਾ ਲੱਗਦਾ ਕਾਰਜਭਾਰ? 10 ਸਾਲ ਦਾ ਆਪਾਂ ਅਕਾਲੀ ਦਲ ਦੇਖਿਆ ਹੈਗਾ ਵਾ, ਕਾਂਗਰਸ ਵੀ 2.5 ਸਾਲ ਤੋਂ ਵੱਧ ਦਾ ਕਾਰਜਕਾਲ ਕਰ ਚੁੱਕੀ ਆ, ਵੱਡੇ ਵੱਡੇ ਵਾਅਦੇ ਕੀਤੇ ਸੀ, ਕਿਵੇਂ ਦਾ ਲੱਗਦਾ? ਕੀ ਸ਼ਬਨਾਮ ਵੀਰ ਜੀ ਤੁਹਾਡਾ? ਮੇਰਾ ਗੋਬਿੰਦ ਛਾਬੜਾ। ਕੀ ਲੱਗਦਾ ਤੁਹਾਨੂੰ ਬਠਿੰਡੇ ਹਲਕੇ ਦਾ ਕਿਹੜੀ ਪਾਰਟੀ ਅੱਗੇ ਆ ਰਹੀ ਹੈਗੀ ਆ? ਇਸ ਟਾਈਮ ਰਾਜਾ ਵੜਿੰਗ ਹੈਗਾ ਵਾ, ਉਹ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, PDA ਤੋਂ ਸੁਖਪਾਲ ਸਿੰਘ ਜੀ ਖਹਿਰਾ ਹੈਗੇ ਆ, ਅਤੇ ਜੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਗੱਲ ਕਰਦੇ ਹਾਂ, ਕਿਹੜਾ ਅੱਗੇ ਆ ਰਿਹਾ, ਕਿਹਦੀ ਦਾਅਵੇਦਾਰੀ ਮੰਨਦੇ? ਦੇਖੋ, ਮੇਨ ਗੱਲ ਇਹ ਹੈਗੀ ਵੀ ਗੱਲ ਅੱਗੇ ਆਉਣ ਦੀ ਨਹੀਂ ਹੈਗੀ ਹੈ, ਗੱਲ ਪਾਰਟੀਆਂ ਦੇ ਅਸੂਲ ਦੀ ਹੈ। ਕਿਹੜੀ ਪਾਰਟੀ ਦਾ ਅਸੂਲ ਚੰਗਾ ਮੰਨਦੇ? ਪਾਰਟੀ ਦਾ ਵੀ ਅਸੂਲ ਨਹੀਂ ਵਧੀਆ। ਜੇ ਜਨਤਾ ਦੀ ਵੱਲ ਦੇਖਿਆ ਜਾਵੇ ਤਾਂ ਲੋਕਾਂ ਦੀ ਡਿਮਾਂਡ ਸਿਰਫ 3 ਹੁੰਦੀਆਂ ਨੇ, ਉਸ 3 ਡਿਮਾਂਡ ਬਾਰੇ ਕੋਈ ਵੀ ਆਪਣੇ ਨਾ ਮੈਨੀਫੈਸਟੋ ਦੇ ਵਿੱਚ ਨਾ ਕਿਸੇ ਸਪੀਚ ਦੇ ਵਿੱਚ ਬੋਲਦੇ ਨੇ। ਉਹ ਸਿਰਫ ਕੀ ਨੇ, ਲੋਕਾਂ ਨੂੰ ਦੂਜੇ ਪਾਸੇ ਲਿਜਾ ਕੇ ਕੋਈ ਮੋਬਾਈਲ ਦਾ ਲਾਲਚ ਦਿੰਦਾ, ਕੋਈ ਕਿਸੇ ਚੀਜ਼ ਦਾ ਪੈਸੇ ਦਾ ਲਾਲਚ ਦਿੰਦਾ, ਅਤੇ ਪਰ ਜਿਹੜੀਆਂ 3 ਮੇਨ ਮਤਲਬ ਮੁੱਖ ਮੰਗਾਂ ਹੁੰਦੀਆਂ ਨੇ, ਉਹਦੇ ਵਿੱਚ ਲੋਕ ਚਾਹੁੰਦੇ ਨੇ ਇੱਕ ਐਜੂਕੇਸ਼ਨ ਫਰੀ ਹੋਵੇ, ਮੈਡੀਕਲ ਫਰੀ ਹੋਵੇ, ਅਤੇ ਇੰਪਲਾਈਮੈਂਟ। ਇਹ 3 ਦਾ ਕਿਸੇ ਵੀ ਮੈਨੀਫੈਸਟੋ ਦੇ ਵਿੱਚ ਜ਼ਿਕਰ ਨਹੀਂ ਕੀਤਾ ਜਾਂਦਾ। ਸੋ ਅਸੀਂ ਚੈਨਲ ਰਾਹੀਂ, ਮੈਂ ਆਪਣੇ ਪਰਸਨਲ ਵਿਊ ਰਾਹੀਂ
सरकार नूं इह अपने मतलब कहना चाहुंदा कि यह तीन गल्लां वल ध्यान देण और लोगों मैं अपील करदा हाँ कि जदों भी अपनी डिमांड रखो ये तिने पॉइंट ही रखो, इस तों अलावा कोई चौथा पॉइंट ना रखा जाए, क्योंकि घर दे विच अगर बेरोजगारी है बंदा जॉब करता है तो उन्होंने किसी चीज़ की कोई लोड़ नहीं है, अच्छी रोटी मिलेगी उन्होंने, अच्छा खाण पीन मिलेगा, ना उन्होंने कोई मोबाइल के लालच की लड़ है ना किसी होर चीज़ की। अगर तुम्हें मैडिकल फैसिलिटी फ्री मिलती है, बीमार तो बीमार आदमी भी ठीक होने के चांस बनते हैं, कोई खर्चा नहीं होंगे तो वह तंदुरुस्त रहेगा और एक अच्छा समाज बनाएगा, अच्छा देश बनाएगा। बिल्कुल जी, अच्छा समाज सिरजन की गल की हैगी, पढ़ाई फ्री चाहिए हैगी, हेल्थ फ्री चाहिए, बहुत वधिया गल हैगी, क्योंकि जो लोगों के गल की जाती है तो वीर जी हमेशा ही मंग होंगी मेरी गली नहीं बनी, मेरे घर दे गेटा नहीं लगिया, साड़ा सीवरेज नहीं बनया, पर मैनू लगता कि बठिंडे की धरती जोड़ी आवाज़ हैगी वधिया तौर पर यह बुलंद होनी चाहिए है कि साड़िया मुख मंगा कि चाहिए, जे साडे घर रुजगार हैगा तो हो सकता वो घर भी तरक्की करेगा, जे साडी बच्चों दी फीसां माफ़ हैगियां वा तो कितना कितने वो बच्चे वधिया पढ़ लिख जाएंगे, जे हैल्थ वास्ते गल की सी वीर जी ने, जे हैल्थ फ्री मिलेगी, जे दवाइया फ्री मिल सकदियां, सरकार जे इहो जे वादे करे कितना कितने पंजाब नूं खुशहाल कर सकती है, पंजाब की जवानी भी इस टाइम साडे नाल आ, बठिंडे की जवानी किधर नूं लगता की लगता इस टाइम रुझान? सर इतों का रुझान तो यही कहिंदा हैगा कि जिधर नौजवान पीढ़ी अज दे टाइम सब जागरूक हो चुकी है, जो तरक्की करेगा उसनों ही वोट जाएगी, ये नहीं है कि उसके कहन से वोट उधर होएगी या उसके कहन से वोट होएगी, कोई लालच नहीं कोई कुछ नहीं, बट अजकल दे लोग फिर भी कह रहे हैं कि मतलब पैसा चले या वो चले, ये चीज़ा सब कुछ खत्म है, अजकल दी नौजवान पीढ़ी सब जागरूक हो चुकी है, जिधर तरक्की होएगी देश की तो उधर ही वोट जाएगी। इस टाइम की लगता तुहानू सेंटर दे विच दो मेन भेड़ हो रहे हैं, एक पासे अकाली भाजपा तो मोदी जी, दूजे पासे राहुल जी का, जिहड़े काम वधिया करनगे सपोर्ट उधर ही होएगी सर? कौन काम वधिया कर रहा? वीर जी कह रहे कि जिहड़े काम वधिया करनगे इन्हां जे परखना हैगा, तुसीं तां परख चुके हो, किहड़ा वधिया करदा? मैनूं कुछ पता नहीं है सर। कुछ भी आपने कुछ देखा सरकार का, कुछ कोई पार्टी कुछ बढ़िया काम करती है? कोई सर, कोई जो वादा किया सर कोई वादा पूरा नहीं करते सर। वफा नहीं करते? नहीं सर। आप काम क्या करते हैं? हम सर नौकरी करते हैं, दिहाड़ी करते हैं, मजदूर करते हैं। दिहाड़ी मजदूरी करते हैं, जो मजदूर को कैसा काम चाहिए ये सरकारें दिलवा सकती हैं कुछ ना कुछ आम रोटी खाने के लिए? नहीं सर कुछ नहीं सुनते, नहीं करेंगे, सिर्फ वादे करके चले जाते हैं सर, कोई वफा नहीं होता, वादे होते हैं सारे, वादे होते हैं। ये भाई साहब ने बात की कि बच्चों की पढ़ाई फ्री हो सरकार की तरफ से होनी चाहिए और हेल्थ का दवाइयाँ फ्री मिलनी चाहिए, इस बात से कितना सहमत हैं आप? बस यही चाहिए यार, गरीब को और क्या चाहिए सर, मुफ्त पढ़ाई चाहिए, फीस फ्री होनी चाहिए। बिल्कुल जी, मुक्त पढ़ाई की गल की हैगी है, कितने कितने बाहरले देश जी अज तरक्या कर रहे हैं, ये दो चीज़ा ज़्यादा तौर पर सूँ फ्री मिलदी है, की लगता तुहानू? एक पीढ़ी साड़ी जिहड़ी सी नौजवानी दी कहा जांदा घाण कर दित्ता जांदा सरकारां वल्लों डोब दित्ती जांदी आ, दूजी पीढ़ी की गल करदे आ जदों नौजवानी दी ते उदों नशियां ने कहता गलतान कर दित्ती जांदी आ, जे इस टाइम की गल करदे हुण दी ते कितें ना कितें नौजवान ते बाहर ही आ रहा हैगा वा, तुहानूं की लगदा इहदे बारे? सर गल इह आ वी उहनूं छड्डो तुसीं, सब तों पहलां तां इह गल आ वी इह जिहड़ी बठिंडा सीट की गल आ इह सब मिली भुगत आ, हरेक नूं पता पटियाले दी सीट इहनां ने उहनां नूं देणी आ, कांग्रेस नूं देणी आ, बठिंडे की सीट है एक अकाली दल की है, एक मिली भुगत सानू भी पता सारा नू पता, एक ड्रामा रचा जा रहा, जिन्हें मर्जी करे चलो एक अकालिया की सीट है, उतों वाली सीट कांग्रेस की है, बंदा वो खड़ा किया जाता भी कोई ना बोले, सानू बेवकूफ बनाया जा रहा बस, ठीक है, कोई आपस से मिली भुगत ना खेड खेडते एक पार्टी आई सी जमा उन्होंने खत्म करता इन्होंने भी एक बिच खेडे ना दूसरा बंदा, ठीक है, दिखाया ये जा रहा वीर जी के कह लगू सानू एजुकेशन तो वो चाहिए सानू, क्यों असी कणक लवेंगे साढ़े हाथ पैर सलामत है असी आप कमावांगे, तुसीं सानू वैल एजुकेशन दो और हेल्थ दो, ठीक है जी, साड़ी हुण इस टाइम एक गरीब बंदा जे कोई 10,000 भी कमा रहा एक बारी वो एक महीने च एक परिवार का मैंबर बीमार हो गया 20,000 तो घट डॉक्टर खड़ा नहीं छड़दे, असी 3 महीने पिछे हो गए और डॉक्टर अजकल तुहानू पता भी चोर बाजारी सब तो वड्डी गल्ल आ, तुसीं एक टेस्ट भी कराओ उत्थों लिखणगे और सब तो पहला उन्होंने 1500-2000 तो घट दवाई नहीं लिखणगे, वो लिख मिलूगी भी उत्थों ही, एक चोर बाजारी है, इस पर भी कोई शिकंजा नहीं कसा जा रहा कि सड़कें बना दी वह इन्हों की जिम्मेवारी बनती है, अभी वोट पाई है, हेल्थ तो एजुकेशन जी हूँ चल रही है चोर बजाई तुम गल की ये दोवें कितना कितने ये नत्थ क्यों नहीं पीती तो लगता सरकार ना कामयाब? मैं आपके बच्चे हूँ मेरा बच्चा हजे मैं पढ़ाया और लगया उन्होंने जी हर बंदा चाहता तुम्हें भी चाहते मेरा बच्चा वधिया पढ़े, क्योंकि सरकारी स्कूलों का हाल वधिया नहीं है तुम्हें भी पता, वह कहता भी उत्थे एड्डी कोई डोनेशन चलती है 10,000 रुपया पहला मंगया जाता हाले बच्चा प्री नर्सरी से पढ़ना हरे बंदे नूं देना पैंदा कोई बोलता नहीं गा, मैं बोलूँगा तू तुसी बोलोंगे कोई बंदा नहीं बोलता, क्यों नहीं इन्हां दे पिछों सेंटर च पूरा जो हो है
ਇੱਥੇ ਧਰਨਾ ਵੀ ਲੱਗਿਆ ਸੀ ਇਹਨਾਂ ਦੇ ਖਿਲਾਫ, ਉਹਨਾਂ ਦੇ ਡੰਡੇ ਮਾਰ ਕੇ ਭਜਾਇਆ ਗਿਆ ਵੀ ਕੋਈ ਦਿੱਕਤ ਨਹੀਂ ਸਾਨੂੰ, ਅਸੀਂ ਪੂਰੇ ਉਹ ਜ਼ੋਰ ਨਾਲ ਕਹਿੰਦੇ ਆ ਵੀ ਅਸੀਂ ਸਰਕਾਰਾਂ ਸਾਡੇ ਨਾਲ ਰਲੀਆਂ ਹੋਈਆਂ, ਕੋਈ ਦਿੱਕਤ ਨਹੀਂ, ਤੁਸੀਂ ਜਿੰਨਾ ਮਰਜ਼ੀ ਕਰੀ ਚੱਲੋ, ਕੋਈ ਕਿਸਦਾ ਡਰ ਨਹੀਂ, ਕੋਈ ਡਾਕਟਰਾਂ ਨੂੰ ਨਹੀਂ ਡਰ, ਮੁੰਡਾ ਲੱਖਾ ਸਧਾਣਾ ਇੱਥੇ ਤੁਹਾਡੇ ਸਾਹਮਣੇ ਉਹਨੇ ਪੂਰਾ ਜ਼ੋਰ ਲਗਾ ਕੇ ਹਟ ਗਿਆ ਜੀ ਡਾਕਟਰਾਂ ਦੇ ਖਿਲਾਫ, ਕੋਈ ਕਿਸੇ ਦੀ ਸੁਣਵਾਈ ਨਹੀਂ, ਉਹਨਾਂ ਨੇ ਪਰਚਾ ਪਵਾਤਾ, ਕੋਈ ਦਿੱਕਤ ਨਹੀਂ, ਸਮਝ ਲਓ ਤੁਸੀਂ ਇਹ ਕੁੱਤੀ ਚੋਰਾਂ ਨਾਲ ਰਲੀ ਹੋਈ ਆ ਸਭ ਤੋਂ ਵੱਡੀ ਗੱਲ ਆ, ਮੈਂ ਤੁਹਾਨੂੰ ਦੱਸਦਾ ਬਠਿੰਡੇ ਦੀ ਸੀਟ ਦੀ ਰਾਜ ਦਾਅਵੇਦਾਰੀ ਕਰ ਰਹੇ ਹੋ, ਕਹਿੰਦੇ ਮੇਰੀ ਸੀਟ ਜਿੱਤ ਮਰਜ਼ੀ ਭੱਜ ਲਏ ਬੰਦੇ ਦੀ, ਕੱਲ੍ਹ ਤੁਸੀਂ ਫੇਸਬੁੱਕ 'ਤੇ ਮੈਂ ਹੁਣ ਦਿਖਾ ਦਿੰਦਾ ਬੰਦੇ ਦੀ 20 ਲੱਖ ਦੀ ਉਹਨੇ ਓਪਨ ਚੈਲੰਜ ਕੀਤਾ ਵੀ ਮੇਰੇ ਨਾਲ ਕੋਈ ਕਾਂਗਰਸ ਦਾ ਬੰਦਾ ਸ਼ਰਤ ਲਗਾਉਣਾ ਚਾਹੁੰਦੇ ਤਾਂ ਸ਼ਰਤ ਲਾ ਲਓ, ਕਿਹੜੇ ਪਿੰਡ ਦਾ ਸਾਬਕਾ ਐਮ ਸਰਪੰਚ ਆ ਤੁਸੀਂ ਉਹਦਾ ਫੇਸਬੁੱਕ ਚੈੱਕ ਕਰੋ, ਕਹਿੰਦਾ ਵੀ ਕਿਸੇ ਬੰਦੇ 'ਚ ਦਮ ਹੈਗਾ ਮੇਰੇ ਨਾਲ 20 ਲੱਖ ਦੀ ਸ਼ਰਤ ਲਾ ਲਓ, ਮੈਂ ਕਹਿੰਦਾ ਵੀ ਇਹ ਬਠਿੰਡੇ ਦੀ ਸੀਟ ਅਕਾਲੀਆਂ ਦੀ ਆ, ਅਸੀਂ ਕਿਸੇ ਨੂੰ ਸਪੋਰਟ ਨਹੀਂ ਕਰਦੇ, ਉਹ ਇਹ ਮਿਲੀ ਭਗਤ ਹੈ ਵੀਰ ਜੀ, ਪਹਿਲੇ ਦਿਨ ਆਪਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ, ਆਪਾਂ ਬੇਵਕੂਫ ਬਣੀ ਜਾ ਰਹੇ ਹਾਂ, ਤੀਜੀ ਪਾਰਟੀ ਨੂੰ ਆਉਣ ਨਹੀਂ ਦਿੰਦੇ, ਅਸੀਂ ਦੋਨਾਂ ਨੇ ਖੇਡਣਾ ਇਹ ਕਹਿੰਦੇ ਆ, ਇਹ ਕਹਿੰਦੇ ਆ, ਕੋਈ ਤਾਂ ਕਿਸੇ ਮੁਲਾਜ਼ਮ ਦੀ ਕੋਈ ਧਿਆਨ ਨਹੀਂ ਹੈਗਾ ਇਹਨਾਂ ਦਾ, ਦੁਕਾਨਦਾਰ ਮਾਰਤੇ ਸਮਝ ਲਓ, ਕਿਸੇ ਦੀ ਕੰਮ ਕਾਰਾਂ ਤੁਸੀਂ ਦੇਖ ਹੀ ਰਹੇ ਹੋ, ਸਾਰੇ ਬਾਜ਼ਾਰ 'ਚ ਗੇੜਾ ਲਾ ਕੇ ਦੇਖੋ, ਕਿਸੇ ਤੇ ਨੋਟਬੰਦੀ ਨੂੰ ਕਿਵੇਂ, ਮੈਂ ਕਹਿੰਦਾ ਬੁਰਾ ਹਾਲ ਕਰਤਾ ਜੀ, ਸਰਕਾਰ ਗਿਣਾਵੇ ਫਿਰ, ਮੋਦੀ ਆ ਰਿਹਾ ਸੈਂਟਰ 'ਚ, ਉਹਨੇ ਇੱਕ ਵਾਰੀ ਵੀ ਤੁਸੀਂ ਇੰਨੇ ਭਾਸ਼ਣ ਸੁਣ ਲਿਓ ਉਹਦੇ, GST 'ਤੇ ਉਹਦਾ ਉਹ ਕੀਤਾ ਉਹਨੇ ਵੀ ਮੈਂ ਉਹਦਾ ਕੋਈ ਫਾਇਦਾ ਹੋਇਆ, ਜੇ ਨਹੀਂ ਹੋਇਆ ਤਾਂ ਹੀ ਨਹੀਂ ਦਿਖਾ ਰਿਹਾ, ਵਿਰੋਧੀ ਧਿਰ ਵੀ ਕਹਿ ਰਿਹਾ ਕਿ ਜਿਹੜੇ ਵੱਡੇ ਫਾਇਦੇ ਦਿੱਤੇ ਗਏ ਵੱਡੇ ਘਰਾਣੇ ਨੂੰ ਦਿੱਤੇ ਗਏ, ਵੀਰ ਜੀ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਜਿਹੜੇ ਬੰਦੇ ਪੈਸੇ ਲੈ ਕੇ ਭੱਜ, ਅਸੀਂ ਇੱਥੇ ਕਹਿੰਦੇ ਪ੍ਰੋਜੈਕਟ ਕਿਸੇ ਨੇ 3000 ਕਰੋੜ ਦਾ ਅਸੀਂ ਪੁਲ ਰੱਖਦਾ, ਸਰਕਾਰ ਕਹਿੰਦੀ 3000 ਕਰੋੜ ਦਾ ਪ੍ਰੋਜੈਕਟ ਰੱਖਤਾ ਜੀ, ਇੱਥੇ ਜੇ ਸੀਵਰ ਪੈਣਗੇ 5000 ਕਰੋੜ, ਕਿਸੇ ਨੇ ਬੰਦੇ ਨੇ ਦੇਖਿਆ ਨਹੀਂ ਪੈਸੇ, ਕਿਸੇ ਨੇ ਕੀ ਪਤਾ ਕੀ ਹੋਈ ਜਾਂਦਾ, ਕੋਈ ਬੰਦਾ ਇਸ ਦਾ ਉਹ ਨਹੀਂ ਹੈਗਾ, ਆਮ ਬੰਦੇ ਨੂੰ ਕੀ ਪਤਾ 5000 ਕਰੋੜ ਕਿੱਥੇ ਲੱਗੀ ਜਾਂਦਾ, 5000 ਕਰੋੜ 'ਚ ਪੂਰਾ ਧੋਬੀ ਯਾਰ ਐਂ ਚਮਕਾਇਆ ਜਾਵੇ ਜੀ, ਤੁਸੀਂ ਮੇਰੀ ਗੱਲ ਸੁਣ ਲਓ, ਪਾਣੀ ਦਾ ਇੱਥੇ ਬੁਰਾ ਹਾਲ ਹੈ, ਹੈਂ ਉਹ RO ਲਗਵਾਏ ਸੀ ਉਹਨਾਂ ਦਾ ਬੁਰਾ ਹਾਲ, ਉਹਦੇ 'ਚ ਕੈਮੀਕਲ ਪੈਂਦਾ ਉਹ ਆਉਂਦਾ, ਬਹੁਤ ਬੁਰਾ ਹਾਲ ਹੈ ਜੀ, ਜਿਹੜੀ ਗੱਲ ਆ ਇਹ ਤੁਹਾਨੂੰ ਇੱਕ ਗੱਲ ਅਸੀਂ ਵੋਟ ਕਿਸੇ ਨੂੰ ਨਹੀਂ ਪਾਉਣੀ ਦੋਨਾਂ, ਅਸੀਂ ਨੋਟਾਂ ਦਾ ਬਟਨ ਹੀ ਨੱਪਣਾ, ਜਿਹੜੀ ਗੱਲ ਆ ਮੈਂ ਤੁਹਾਡੇ ਮੂੰਹ 'ਤੇ ਹੀ ਕਹਿੰਦੇ ਹਾਂ, ਪਰ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜਾ ਇਹਨਾਂ ਨੇ ਅਕਾਲੀਆਂ ਨੇ ਹਲੇ ਫਿਰ ਵੀ ਬਠਿੰਡੇ 'ਚ ਮਾੜਾ ਮੋਟਾ ਕੰਮ ਕੀਤਾ ਸੀ, ਜਦੋਂ ਦੀ ਕਾਂਗਰਸ ਰਹਿ ਤੁਸੀਂ ਐਂ ਸਮਝ ਲਓ ਸਾਡੇ ਜਨਰੇਟਰ ਨੂੰ ਜੰਗ ਲੱਗੀ ਸੀ, ਉਦੋਂ ਬਾਅਦ ਐਂ ਸਮਝ ਲਓ ਵੀ ਹੁਣ ਕਸਟਮਰ ਬੈਠਾ ਹੁੰਦਾ ਅਤੇ ਅੱਧਾ ਘੰਟੇ 'ਚ 3 ਵਾਰੀ ਲਾਈਟ ਆਉਂਦੀ ਹੈ 3 ਵਾਰੀ ਜਾਂਦੀ ਆ, 2-2 ਮਿੰਟ ਬਸ, ਮੈਂ ਕਹਿੰਦਾ ਪੁੱਛੋ ਵੀ ਇੱਕ ਮੁੰਡੇ ਨੂੰ ਕੋਠੇ 'ਤੇ ਚੜਾਉਣਾ ਪੈਂਦਾ ਛੱਤ 'ਤੇ ਵੀ ਤੂੰ ਗੇੜਾ ਦੇ, ਜਨਰੇਟਰ ਦਾ ਧਿਆਨ ਰੱਖ ਕੇ ਜਨਰੇਟਰ ਦਾ ਗੇੜਾ ਦੇਈ ਚੱਲ, ਜਿਹੜੀ ਗੱਲ ਆ ਆਹ ਕੰਮ ਹੋ ਗਿਆ, ਮੈਂ ਤੁਹਾਨੂੰ ਦੱਸਾਂ ਬੁਰਾ ਹਾਲ ਹੈ ਜੀ, ਮਰਜ਼ੀ ਨਾਲ ਕੰਮ ਹੋ ਰਹੇ ਆ ਜੀ, ਮਰਜ਼ੀ ਨਾਲ, ਇਹ ਨਹੀਂ ਪਤਾ ਹੁਣ ਵੋਟਾਂ ਸੀਗੀਆਂ, ਤੁਸੀਂ ਸਭ ਦੇ ਬਿੱਲ ਚੈੱਕ ਕਰ ਲਓ, ਬਿੱਲ ਐਤਕੀ ਘੱਟ ਆਏ ਆ, ਅਜੇ 2 ਮਹੀਨੇ ਬਾਅਦ ਠਹਿਰ ਜਾਓ, ਸਭ ਦੇ ਹੋ ਕੇ ਆ ਜਾਣਗੇ ਫਿਰ, ਮੈਂ ਕਹਿੰਦਾ ਜੀ ਬਰਾਬਰ, ਕੋਈ ਬੰਦਾ ਬੇਵਕੂਫ ਨਹੀਂ, ਸਭ ਪੜ੍ਹੇ ਲਿਖੇ ਸਭ ਨੂੰ ਪਤਾ ਲੱਗ ਰਿਹਾ ਵੀ ਸਾਡੇ ਨਾਲ ਕੀ ਹੋ ਰਿਹਾ, ਪਰ ਕੀ ਗੱਲ ਹੈ ਵੀ ਇੱਥੇ ਸਭ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਹੈ, ਕੋਈ ਬੰਦਾ ਉੱਠਣ ਨਹੀਂ ਦਿੰਦੇ, ਇਹ GST ਨੋਟਬੰਦੀ ਨੂੰ ਕਿਵੇਂ ਲੈਂਦੇ ਆ, ਵਪਾਰੀ ਵਰਗ ਨੂੰ ਕਿੰਨਾ ਕੁ ਪ੍ਰਭਾਵਿਤ ਹੋਇਆ, ਦੇਖੋ ਜੀ ਜਿਹੜੇ ਇਹ ਗੱਲਾਂ ਨਾ ਜਿਹੜੀਆਂ ਸਾਰੀਆਂ ਹੈਗੀਆਂ ਹਾਈ ਲੈਵਲ ਤੱਕ ਹੀ ਰਹਿ ਜਾਂਦੀਆਂ ਨੇ, ਇਹ ਛੋਟੇ ਲੈਵਲ 'ਤੇ ਕੋਈ ਗੱਲ ਨਹੀਂ ਆਉਂਦੀ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਐਜੂਕੇਸ਼ਨ ਮੈਡੀਕਲ ਇਹਦੇ ਫ੍ਰੀ ਬਾਰੇ ਦੱਸਿਆ, ਉਸ ਲੈਵਲ 'ਤੇ ਕੋਈ ਗੱਲ ਨਹੀਂ ਕਰ ਰਿਹਾ, ਕਿਉਂਕਿ ਉਹਦਾ ਕਾਰਨ ਇਹ ਹੈ ਵੀ ਇੱਕ ਤਾਂ ਮੈਡੀਕਲ ਹੈ ਜਿਹੜੇ ਚੰਗੇ ਚੰਗੇ ਹੋਸਪਿਟਲ ਨੇ ਉਹ ਇਹਨਾਂ ਧਨਾਡਾਂ ਦੇ ਨੇ, ਵਜ਼ੀਰਾਂ ਦੇ ਨੇ, ਮਿਨਿਸਟਰਾਂ ਦੇ ਨੇ, ਐਜੂਕੇਸ਼ਨ ਹੈ, ਸਕੂਲ ਹੈ, ਸਾਰੇ ਹੀ ਉਹਨਾਂ ਦੇ ਨੇ, ਇਸ ਵੱਲ ਕੋਈ ਧਿਆਨ ਨਹੀਂ ਰਿਹਾ, ਸਾਡੀ ਤਾਂ ਇੱਕੋ ਹੀ ਡਿਮਾਂਡ ਹੈ, ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਡਿਮਾਂਡ ਨਾ ਰੱਖੋ, ਮੈਨੀਫੈਸਟੋ ਦੇ ਵਿੱਚ 3 ਗੱਲਾਂ ਹੀ ਲਓ ਇਹਨਾਂ ਤੋਂ ਵੀ 3 ਸਾਨੂੰ ਲਿਖ ਕੇ ਦੇ ਦਿਓ, ਅਸੀਂ ਤੁਹਾਡੇ ਨਾਲ ਬਿਲਕੁਲ ਚੱਲਣ ਨੂੰ ਤਿਆਰ। ਬਿਲਕੁਲ ਜੀ, ਬਹੁਤ ਵਧੀਆ ਵਿਚਾਰ ਹੈਗੇ ਆ, ਹਰ ਘਰ ਰੁਜ਼ਗਾਰ, ਹੈਲਥ ਅਤੇ ਐਜੂਕੇਸ਼ਨ, ਜੇ ਇਹ 3 ਚੀਜ਼ਾਂ ਪੰਜਾਬ ਦੇ ਵਿੱਚ ਘਰ ਦਿੱਤੀਆਂ ਜਾਣਗੀਆਂ ਤਾਂ ਕਿਤੇ ਨਾ ਕਿਤੇ ਪੰਜਾਬ ਫਿਰ ਸੋਨੇ ਦੀ ਚਿੜੀ ਬਣ ਸਕਦਾ।